ਟੀਚਰ ਵੀ ਸੀ, ਉਸ ਤੋਂ ਬਾਅਦ ਕਿ ਉਹ ਪੋਲੀਟੀਸ਼ੀਅਨ ਵੀ ਸੀ। ਲੇਕਿਨ ਉਹਨਾਂ ਦੀ ਇੱਕੋ ਹੀ ਗੱਲ ਸੀ ਕਿ ਬੱਚਿਆਂ ਦਾ ਜਿਹੜਾ ਬੌਧਿਕ ਪੱਖ ਵਾ ਉਹ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਆ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜੇ ਉੱਚ ਲੈਵਲ 'ਤੇ ਲਿਆ ਸਕਦਾ। ਤਾਂ ਫਿਰ ਉਹ ਬੜੇ ਡੈਡੀਕੇਟਡ ਸੀ ਪੜ੍ਹਾਉਣ ਦੇ ਲਈ, ਅਤੇ ਬੱਚਿਆਂ ਨੇ ਉਹਨਾਂ ਨੂੰ ਪੁੱਛਿਆ ਸੀ ਅਸੀਂ ਤੁਹਾਡਾ ਕੋਈ ਜਨਮ ਦਿਨ ਮਨਾਉਣਾ ਚਾਹੁੰਦੇ ਹਾਂ, ਫਰੈਂਡਾਂ ਨੇ ਵੀ, ਤਾਂ ਉਹ ਬੜੇ ਸ਼ਸ਼ੁਪੰਜ ਬਹਿ ਗਏ। ਉਹਨੇ ਸੋਚਿਆ ਵੀ ਇਹ ਜਨਮ ਦਿਨ ਤਾਂ ਮੇਰੇ ਇਕੱਲੇ ਲਈ ਹੋ ਗਿਆ। ਫਿਰ ਉਹ ਕਹਿੰਦੇ ਵੀ ਜੇ ਤੁਸੀਂ ਮੇਰਾ ਜਨਮ ਦਿਨ ਮਨਾਉਣਾ 5 ਸਤੰਬਰ, ਇਹ ਵਧੀਆ ਹੋਊਗਾ ਕਿ ਸਾਰੇ ਟੀਚਰਾਂ ਨੂੰ ਸਮਰਪਿਤ ਹੋਵੇ। ਤਦ ਤੋਂ ਲੈ ਕੇ ਟੀਚਰ ਡੇ ਮੋਟੇ ਤੌਰ 'ਤੇ ਅਸੀਂ ਹਿੰਦੁਸਤਾਨ ਵਿੱਚ ਉਸ ਦਿਨ ਤੋਂ ਮਨਾ ਰਹੇ ਹਾਂ। ਅਤੇ ਉਹ ਜਿਹੜੇ ਬੋਰਨ ਸੀ 5 ਸਤੰਬਰ 1888 ਨੂੰ ਹੋਏ ਸੀ, ਅਤੇ 62 ਤੋਂ ਲੈ ਕੇ 67 ਤਾਈਂ ਉਹ ਜਿਹੜੇ ਆ ਸਾਡੇ ਦੇਸ਼ ਦੇ ਸੈਕਿੰਡ ਪ੍ਰੈਜੀਡੈਂਟ ਰਹੇ ਆ। ਉਹਨਾਂ ਦੀ ਥਾਂ ਦੇਣਾ ਚਾਂਸਲਰ ਵੀ ਰਹੇ ਆ ਉਹ ਦਿੱਲੀ ਯੂਨੀਵਰਸਿਟੀ ਦੇ ਵਿੱਚ, ਅਤੇ ਉਹ ਮੈਸਟਰ ਵੀ ਰਹੇ ਰਸ਼ੀਆ ਦੇ ਵਿੱਚ, ਅਤੇ ਇੱਦਾਂ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਵਿੱਚ ਬੜੇ ਗਰੀਬ ਪਰਿਵਾਰ ਤੋਂ ਉੱਠ ਕੇ ਉਹਨੇ ਇਹ ਐਜੂਕੇਸ਼ਨ ਹਾਸਲ ਕੀਤੀ ਅਤੇ ਸਾਨੂੰ ਇਸ ਮੁਕਾਮ 'ਤੇ ਲੈ ਕੇ ਗਏ ਆ। ਅਤੇ ਸਾਨੂੰ ਇਹੋ ਜਿਹੇ ਇਨਸਾਨਾਂ 'ਤੇ ਮਾਣ ਹੋਣਾ ਚਾਹੀਦਾ ਜਿਹੜੇ ਕਿ ਦੇਸ਼ ਦੀ ਤਕਦੀਰ ਸੁਧਾਰਨਾ ਚਾਹੁੰਦੇ, ਇਹ ਲੋਕਾਂ ਨੂੰ ਅਨਪੜ੍ਹਤਾ ਨੂੰ ਖਤਮ ਕਰਨ ਦੇ ਲਈ ਬੀੜਾ ਚੱਕਣਾ ਚਾਹੁੰਦੇ ਆ। ਤੋ ਇਸ ਕਰਕੇ ਇਹ ਦਿਨ ਹਿੰਦੁਸਤਾਨ ਦੇ ਵਿੱਚ ਕਰਕੇ ਮਨਾਇਆ ਜਾਂਦਾ। ਅਤੇ ਹੁਣ ਮੈਂ ਬੇਨਤੀ ਕਰੂੰਗਾ ਕਿ ਸਾਡੀ ਜਿਹੜੀ ਓਵਰਸੀ ਟੀਚਰ ਐਸੋਸੀਏਸ਼ਨ ਐਡਵੈਂਟ ਅਲਬਰਟਾ ਉਹਦੇ ਕੀ ਓਬਜੈਕਟ ਆ, ਅਤੇ ਬਰੀਫ ਦੇ ਵਿੱਚ ਸਾਡੇ ਵਾਈਸ ਪ੍ਰੈਜੀਡੈਂਟ ਸਰਦਾਰ ਰਸਾਲ ਸਿੰਘ ਮੱਲੀ ਜਿਹੜੇ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਅੰਮ੍ਰਿਤਸਰ ਰਹੇ ਆ, ਅਤੇ ਉਹ ਤੁਹਾਨੂੰ ਕੁਝ ਮਿੰਟਾਂ ਲਈ ਚਾਨਣਾ ਪਾਉਣਗੇ। ਅੱਜ ਦੀ ਇਸ ਸਭਾ 'ਚ ਸਾਡੇ ਬਹੁਤ ਹੀ ਸਰਦਾਰ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ, ਸਰਦਾਰ ਤਰਜੀਤ ਸਿੰਘ ਜੀ ਪਰਮਾਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ, ਸਾਡੀ ਸੰਸਥਾ ਦੇ ਮੈਂਬਰ, ਅਹੁਦੇਦਾਰ ਸਾਹਿਬਾਨ, ਸਾਰਿਆਂ ਨੂੰ ਸਾਡੇ ਵੱਲੋਂ ਖੁਸ਼ ਆਮਦੀ, ਬਹੁਤ ਬਹੁਤ ਸਤਿਕਾਰ। ਸਾਨੂੰ ਸਾਡੇ ਸਕੱਤਰ ਸਾਹਿਬ ਨੇ ਬਰੀਫ ਵਿੱਚ ਜਾਣਕਾਰੀ ਦਿੱਤੀ ਹੈ ਸੰਸਥਾ ਦੇ ਉਪਜਨ ਬਾਰੇ ਅਤੇ ਉਹਦੇ ਓਬਜੈਕਟਸ ਦੇ ਬਾਰੇ ਵਿੱਚ। ਜਿਵੇਂ ਉਹਨਾਂ ਦੱਸਿਆ ਕਿ ਸ਼ੁਰੂ ਵਿੱਚ ਤਾਂ ਜਿਵੇਂ ਕਿਸ ਚੀਜ਼ ਨੂੰ ਜਦੋਂ ਅਸੀਂ ਸ਼ੁਰੂਆਤ ਕਰਨੀ ਆ ਤਾਂ ਥੋੜ੍ਹਾ ਥੋੜ੍ਹਾ ਉਲੀਕ ਕਿਹਾ ਜਾਂਦਾ ਬਾਰੀ ਓਬਜੈਕਟ, ਤਾਂ ਹੌਲੀ ਹੌਲੀ ਜੋ ਅਸੀਂ ਇਸ ਸੰਸਥਾ ਦਾ ਮੇਨ ਮਕਸਦ ਲੈ ਕੇ ਚੱਲੇ ਸੀ ਕਿ ਅਸੀਂ ਲੋਕ ਦੂਜੇ ਦੇਸ਼ 'ਚੋਂ ਆਪਣੇ ਦੇਸ਼ ਛੱਡ ਕੇ ਆਪਣੇ ਚੰਗੇ ਭਵਿੱਖ ਲਈ ਆਪਣੇ ਤੋਂ ਮੈਂ ਸਮਝੂ ਜਿਹੜੇ ਅਸੀਂ ਇਸ ਏਜ 'ਤੇ ਆ ਰਹੇ ਬੱਚਿਆਂ ਦੇ ਚੰਗੇ ਭਵਿੱਖ ਲਈ ਮੈਂ ਕਹੂੰਗਾ ਕਿ ਅਸੀਂ ਜਿਹੜੇ ਪਰਿਵਾਰਾਂ ਸਮੇਤ ਉੱਥੋਂ ਇਹਨੂੰ ਸ਼ਿਫਟ ਕੀਤੇ ਹਾਂ, ਤਾਂ ਅਸੀਂ ਇੱਥੇ ਆ ਕੇ ਆਪਣੇ ਕਲਚਰ ਨੂੰ ਸਾਂਭਣ ਵਾਸਤੇ, ਆਪਣੀ ਭਾਸ਼ਾ ਨੂੰ ਸਾਂਭਣ ਵਾਸਤੇ ਕੁਝ ਵੱਖਰੇ ਯਤਨ ਕਰੀਏ। ਬੀਇੰਗ ਏ ਟੀਚਰ ਸਾਡਾ ਫਰਜ਼ ਬਣਦਾ ਔਰ ਅਸੀਂ ਕਰ ਵੀ ਸਕਦੇ ਹਾਂ, ਸਾਡੇ 'ਚ ਕਪੈਸਿਟੀ ਹੈ, ਸਾਡੇ ਕੋਲ ਢੰਗ ਨੇ, ਕੁਝ ਦੂਜਿਆਂ ਨਾਲ ਕੋਈ ਵੱਖਰੇ ਐਜੂਕੇਸ਼ਨ ਹੈ, ਅਸੀਂ ਪ੍ਰੋਫੈਸ਼ਨਲ ਹੈ। ਸੋ ਇਹ ਕੁਛ ਲੈ ਕੇ ਅਸੀਂ ਇਕੱਠੇ ਹੋਏ ਔਰ ਮੂਵ ਕੀਤਾ ਕਿ ਅਸੀਂ ਇੱਥੇ ਇਹ ਕੰਮ, ਸਾਡਾ ਅਸਲ ਟਾਰਗੇਟ ਮੈਂ ਕਹੂੰਗਾ, ਸਾਡਾ ਲਾਸਟ ਹੋਊਗਾ ਉਹ ਇਹੀ ਹੋਊਗਾ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਬੱਚਿਆਂ ਨੂੰ ਇਸ ਚੇਂਜ 'ਚ ਪਾਈਏ ਕਿ ਅਸੀਂ ਇਹ ਅਸੀਂ ਇਹਨਾਂ ਬੱਚੇ ਘਰ ਤੋਂ ਘਰ ਪੰਜਾਬੀ ਦੀ ਘੱਟੋ ਘੱਟ ਲੈਂਗੁਏਜ ਇਹਨਾਂ ਨੂੰ ਪੜ੍ਹਾ ਸਕੀਏ, ਅਸੀਂ ਇਹਨਾਂ ਦੇ ਕਲਚਰ ਬਾਰੇ ਜਾਣੂ ਕਰਾ ਸਕੀਏ। ਇੰਗਲਿਸ਼ ਤਾਂ ਇੱਥੇ ਬਹੁਤ ਪੜ੍ਹ ਲੈਣੀ ਇਹਨਾਂ ਨੇ, ਸਿੱਖ ਲੈਣੀ ਸਕੂਲਾਂ 'ਚ ਸਾਨੂੰ ਪਤਾ, ਪਰ ਅਸੀਂ ਇਕੱਠੇ ਹੋ ਕੇ ਅਜੇ ਸ਼ੁਰੂ ਨਹੀਂ ਕੀਤਾ ਅਸੀਂ ਕੁਛ ਵੀ, ਕਿਉਂਕਿ ਅਸੀਂ ਅਜੇ ਬਹੁਤ ਪ੍ਰੀ ਸਟੇਜ 'ਤੇ ਹਾਂ। ਸੋ ਅਸੀਂ ਇਸ ਕਿਸਮ ਦੇ ਕੋਈ ਜਿਹੜੇ ਹੈਗੇ ਸਮਰ ਕੈਂਪ ਟਾਈਪ ਜਾਂ ਅਸੀਂ ਕੋਈ ਸਕੂਲਿੰਗ ਟਾਈਪ ਕੋਈ ਕੰਮ ਸ਼ੁਰੂ ਕਰਾਂਗੇ ਜਲਦੀ, ਜਿਹਦੇ ਨਾਲ ਅਸੀਂ ਹਰ ਪੰਜਾਬੀ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਸਾਡੀ ਲੈਂਗੁਏਜ ਘੱਟੋ ਘੱਟ ਪੰਜਾਬੀ ਜਿਹੜੀ ਆ ਉਹ ਉਹਦੇ ਨਾਲ ਜਾਣੂ ਕਰਾਇਆ ਜਾਵੇ ਔਰ ਨਾਲ ਦੀ ਨਾਲ ਕਲਚਰ ਦੇ ਨਾਲ ਜਿਹੜਾ ਹੈ ਜਾਣੂ ਕਰਾਇਆ। ਇਹ ਸਾਡਾ ਮੁੱਖ ਮਕਸਦ ਹੈ ਅਤੇ ਰਹੇਗਾ। ਇਸ ਤੋਂ ਇਲਾਵਾ ਬੀਇੰਗ ਏ ਟੀਚਰ ਇੱਥੇ ਅਸੀਂ ਰਹਿ ਰਹੇ ਹਾਂ, ਸੁਸਾਇਟੀ 'ਚ ਵਿਚਰਨਾ ਹੈ ਔਰ ਜਿਸ ਸੁਸਾਇਟੀ ਵਿੱਚ ਅਸੀਂ ਆਏ ਹਾਂ ਇਸ ਸੁਸਾਇਟੀ ਵਿੱਚ ਆਪਣੇ ਆਪ ਨੂੰ ਮਿਕਸਅਪ ਕਰਨ ਵਾਸਤੇ, ਕਿਉਂਕਿ ਇਹਨਾਂ ਕੁਝ ਬਹੁਤ ਕੁਝ ਇਹਨਾਂ ਕੋਲ ਸਾਡੇ ਵਾਸਤੇ ਸਿੱਖਣ ਨੂੰ ਹੈਗਾ, ਅਸੀਂ ਬੇਸ਼ੱਕ ਸਿੱਖਿਆ ਉੱਥੋਂ ਬਹੁਤ ਕੁਛ
ਪਰ ਇਹਨਾਂ ਦੇ ਕੁਛ ਵੱਖਰੇ ਗੁਣ ਨੇ ਜਿਨ੍ਹਾਂ ਨੂੰ ਲੈ ਕੇ ਸਾਨੂੰ ਇਹਨਾਂ ਆਪਣੀ ਸੁਸਾਇਟੀ ਵਿੱਚ ਚੈਰਿਟੀ ਵਰਕ ਦੇ ਤੌਰ 'ਤੇ ਵਲੰਟੀਅਰੀ ਵਰਕ ਦੇ ਤੌਰ 'ਤੇ ਇੰਟਰੋਡਿਊਸ ਹੋਵਾਂਗੇ ਲਾਈਕ ਕਿਧਰੇ ਕੋਈ ਜਿਹੜਾ ਹੈਗਾ ਕਲੀਨ ਅਪ ਦਾ ਕੰਮ ਕਿਧਰੇ ਕੋਈ ਹੋਸਪਿਟਲਸ ਦੇ ਵਿੱਚ ਸੇਵਾ ਦੀ ਲੋੜ ਹੈ ਤਾਂ ਉੱਥੇ ਆਪਣੇ ਆਪ ਨੂੰ ਜਿਹੜਾ ਹੈਗਾ ਵਲੰਟੀਅਰੀ ਤੌਰ 'ਤੇ ਜਿਹੜਾ ਹੈਗਾ ਲੈ ਕੇ ਜਾਇਆ ਜਾਵੇ ਸੋ ਇਸ ਕਿਸਮ ਦੇ ਕੰਮ ਅਸੀਂ ਚਾਹਵਾਂਗੇ ਆਉਣ ਵਾਲੇ ਸਮੇਂ 'ਚ ਜਾਂ ਅਸੀਂ ਆਪਣੇ ਜਿਹੜੇ ਸਾਡੀਆਂ ਸਾਡੀ ਧਾਰਮਿਕ ਸੰਸਥਾਵਾਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਰਿਲੇਟਡ ਜਿਹੜੇ ਫੰਕਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਅਸੀਂ ਆਪਣੀ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਸੋ ਇਸ ਕਿਸਮ ਦੇ ਓਬਜੈਕਟਸ ਸਾਡੇ ਹੋਣਗੇ ਔਰ ਇਸ ਤੋਂ ਇਲਾਵਾ ਮੈਂ ਪਰਮਾਰ ਸਾਹਿਬ ਬਾਰੇ ਮੈਂ ਥੋੜ੍ਹੀਆਂ ਜਿਹੀਆਂ ਦੋ ਤਿੰਨ ਲਾਈਨਾਂ ਦੱਸਣੀਆਂ ਚਾਹਾਂਗਾ ਕਿ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਅਸੀਂ ਇੱਥੇ ਸੁਸਾਇਟੀ ਵਿੱਚ ਆਏ ਮੈਂ ਅਤੇ ਮੇਰੇ ਵਾਈਫ ਕਿਉਂਕਿ ਉੱਥੋਂ ਅਸੀਂ ਪ੍ਰੀ ਮੈਚੋਰ ਰਿਟਾਇਰਮੈਂਟਸ ਲੈ ਕੇ ਆਏ ਸੀ ਤੋ ਅਸੀਂ ਇੱਕ ਪੈਨਸ਼ਨ ਲੈਣ ਵਾਸਤੇ ਇੱਕ ਸਰਟੀਫਿਕੇਟ ਟੈਸਟ ਕਰਾਉਣਾ ਹੁੰਦਾ ਲਾਈਫ ਸਰਟੀਫਿਕੇਟ ਉਹਨੂੰ ਕਿਹਾ ਜਾਂਦਾ ਤੋ ਅਸੀਂ ਇੱਥੇ ਆਏ ਕਹਿੰਦੇ ਸੁਸਾਇਟੀ ਵਿੱਚ ਫਰੀ ਕਰ ਸੋ ਬੰਦਾ ਸੋਚਦਾ ਕਿ ਫਰੀ ਕਰਵਾ ਲੈਣਾ ਚਾਹੀਦਾ ਤੋ ਅਸੀਂ ਬਜਾਏ ਦੇ ਕਿ ਕਿਸੇ ਵਕੀਲ ਕੋਲ ਜਾਂਦੇ ਅਸੀਂ ਇੱਥੇ ਆਏ ਅਤੇ ਇੱਥੇ ਹੈ ਨਹੀਂ ਸੀ ਕੋਈ ਜਿਹੜੇ ਇੱਕ ਹੋਰ ਸਰਦਾਰ ਜੀ ਕਰਦੇ ਇੱਥੇ ਚਮਕੌਰ ਸਿੰਘ ਉਹ ਅਵੇਲੇਬਲ ਨਹੀਂ ਸੀ ਕਹਿੰਦੇ ਇੱਕ ਹੋਰ ਵਿਅਕਤੀ ਨੇ ਉਹ ਕਰਦੇ ਨੇ ਪਰ ਉਹ ਇੱਥੇ ਹੈ ਕੋਈ ਉਹਨਾਂ ਦਾ ਕੋਈ ਨਾਂ ਕੋਈ ਐਡਰੈਸ ਫਿਰ ਸਾਨੂੰ ਇਹਨਾਂ ਦਾ ਉਹਨਾਂ ਨੇ ਐਡਰੈਸ ਦਿੱਤਾ ਮੇਰੇ ਵਾਈਫ ਨੇ ਕਾਲ ਕੀਤੀ ਇਹਨਾਂ ਨੂੰ ਇਹਨਾਂ ਨੇ ਚੁੱਕਿਆ ਨਹੀਂ ਦੋ ਵਾਰਾਂ ਕਾਲ ਕੀਤੀ ਇਹਨਾਂ ਚੁੱਕਿਆ ਨਹੀਂ ਤੁਸੀਂ ਇਸ ਉਮਰ ਵਿੱਚ ਯਾਦਾਸ਼ਤ ਵੇਖੋ ਕਿ ਅਸੀਂ ਉਸ ਤੋਂ ਬਾਅਦ ਮੇਰੇ ਵੀ ਉਸ ਦਿਨ ਜਾਂ ਉਸ ਤੋਂ ਅਗਲੇ ਦਿਨ ਕਿਸੇ ਸਟੋਰ ਵਿੱਚ ਸੀ ਇਹਨਾਂ ਦੀ ਕਾਲ ਆਈ ਬੈਕ ਕਾਲ ਕਿ ਤੁਹਾਡਾ ਫੋਨ ਆਇਆ ਸੀ ਮੈਂ ਫਲਾਣਾ ਸਿੰਘ ਬੋਲ ਰਿਹਾ ਤੋ ਵਾਈਫ ਕਹਿੰਦੇ ਵੀ ਉਹ ਜਿਹੜੇ ਪਰਮਾਰ ਸਾਹਿਬ ਦੇ ਉਹਨਾਂ ਦਾ ਇਸ ਕਿਸਮ ਦੇ ਵਿਅਕਤੀ ਤੁਸੀਂ ਵੇਖੋ ਵੀ ਮੈਨੂੰ ਕਿਸੇ ਨੇ ਯਾਦ ਕੀਤਾ ਮੈਨੂੰ ਕਿਸੇ ਨੇ ਫੋਨ ਕੀਤਾ ਤਾਂ ਬੈਕ ਕਾਲ ਕੀਤਾ ਫਿਰ ਅਸੀਂ ਇਹਨਾਂ ਦਾ ਮਕਸਦ ਦੱਸਿਆ ਕਿ ਅਸੀਂ ਇਸ ਮਕਸਦ ਲਈ ਤੁਹਾਨੂੰ ਫੋਨ ਕੀਤਾ ਸੀ ਪਰ ਕਹਿੰਦੇ ਵੀ ਮੈਂ ਘਰ ਹੈ ਮੈਂ ਵੈਲਕਮ ਮੋਸਟ ਵੈਲਕਮ ਸੋ ਅਸੀਂ ਗਏ ਅਸੀਂ ਸੋਚਿਆ ਉਸ ਘਰ ਵਿੱਚ 10-15-20 ਬੈਠੇ ਹੋਏ ਹਾਂ ਪਰ ਪੁਰਾਣੇ ਵਿਅਕਤੀ ਰਹਿੰਦੇ ਇੱਥੇ ਸੋ ਬੜਾ ਰੌਲਾ ਰੱਪਾ ਪੈ ਰਿਹਾ ਹੋਊਗਾ ਅਤੇ ਅਸੀਂ ਗਏ ਇਹ ਅੰਦਰੋਂ ਆਏ ਇਹਨਾਂ ਦਰਵਾਜ਼ਾ ਖੁੱਲ੍ਹਿਆ ਇਕੱਲੇ ਹੀ ਸੀਗੇ ਅਤੇ ਉਹ ਵਾਈਫ ਪੁੱਛਦੇ ਵੀ ਅੰਕਲ ਜੀ ਫੈਮਿਲੀ ਮੈਂਬਰ ਬਾਕੀ ਅਤੇ ਇਹਨਾਂ ਕਹਿੰਦੇ ਜਿਹੜੇ ਸਾਥੀ ਸੀ ਉਹ ਵੀ ਸਾਥ ਛੱਡ ਗਏ ਤੁਹਾਨੂੰ ਤੁਹਾਡਾ ਕਿਵੇਂ ਚੱਲਦਾ ਜੀ ਕਹਿੰਦਾ ਜੀ ਬਹੁਤ ਵਧੀਆ ਚੱਲਦਾ ਔਰ ਮੈਂ ਇਹਨਾਂ ਨੂੰ ਇੱਕ ਸ਼ਬਦ ਕਿਹਾ ਮੈਂ ਤੁਹਾਨੂੰ ਜੀ ਲੱਗ ਜਾਂਦਾ ਇੱਥੇ ਕਹਿੰਦੇ ਜਿਹੜੀਆਂ ਇੱਥੇ ਬਹਾਰਾਂ ਨੇ ਇਹ ਇਸ ਘਰ ਵਿੱਚ ਕਿਤੇ ਵੀ ਹੈ ਨਹੀਂ ਸੋ ਇਹਨਾਂ ਨੇ ਇਹਨੇ ਵਿਸ਼ਾਲ ਦਿਲੀ ਨਾ ਕਿਹਾ ਔਰ ਮੈਂ ਕਿ ਉਹਨਾਂ ਨੂੰ ਇੱਥੇ ਬੇਟਾ ਦੱਸ ਰਿਹਾ ਸੀ ਕਿ ਇਹਨਾਂ ਤੋਂ ਇੰਸਪੀਰੇਸ਼ਨ ਲਈ ਕਿ ਕੈਨੇਡਾ ਵਿੱਚ ਕਿੱਦਾਂ ਜੀਣਾ ਸੀ ਨਹੀਂ ਤਾਂ ਅਸੀਂ ਬਾਹਰੋਂ ਆਏ ਅਜੇ ਘਾਬਰੇ ਘਾਬਰੇ ਜੇ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਕਿਵੇਂ ਇਕੱਲੇ ਔਖਾ ਬੱਚੇ ਕਿੱਥੇ ਅਸੀਂ ਕਿੱਥੇ ਪਰ ਇਹਨਾਂ ਕੋਈ ਇੰਨੀ ਹੌਸਲਾ ਮਿਲਿਆ ਇੰਨਾ ਉਤਸ਼ਾਹ ਮਿਲਿਆ ਇਸ ਏਜ ਵਿੱਚ ਬੜੇ ਲੇਅਰਲੀ ਮੂਡ 'ਚ ਇਹਨਾਂ ਨੂੰ ਕੋਈ ਬਰਡਨ ਨਹੀਂ ਹੈ ਇੰਨਾ ਕੁਛ ਹੋਣ ਦੇ ਬਾਵਜੂਦ ਖੁਸ਼ ਨੇ ਆਨੰਦ ਸੋ ਇਸ ਕਿਸਮ ਦੇ ਵਿਅਕਤੀ ਨੇ ਔਰ ਇਹਨਾਂ ਦੇ ਕੁਆਲੀਫਿਕੇਸ਼ਨ ਇਹਨਾਂ ਦੇ ਜੋ ਇਹਨਾਂ ਨੇ ਦੱਸਿਆ ਇਹਨਾਂ ਦੀ ਐਕਸਪੀਰੀਅੰਸ ਐਜ ਟੀਚਰ ਐਜ ਪ੍ਰਿੰਸੀਪਲ ਐਡਮਿਨਿਸਟ੍ਰੇਟਰ ਸੋ ਬਹੁਤ ਸਾਨੂੰ ਤਾਂ ਪ੍ਰਭਾਵਿਤ ਕੀਤਾ ਔਰ ਜਦੋਂ ਸਾਡੇ ਇੱਥੇ ਗੱਲ ਹੋਈ ਕਿ ਕਿਸੇ ਨੂੰ ਸਨਮਾਨਿਤ ਕਰਨਾ ਤਾਂ ਮੇਰੇ ਜ਼ਬਾਨ 'ਤੇ ਪਹਿਲਾਂ ਆ ਰਿਹਾ ਕਿ ਉਹਨਾਂ ਤੋਂ ਸ਼ਾਇਦ ਏਜਡ ਵੀ ਕੋਈ ਨਹੀਂ ਹੋਣਾ ਐਕਸਪੀਰੀਅੰਸ ਵੀ ਕਿਸੇ ਕੋਲ ਜ਼ਿਆਦਾ ਨਹੀਂ ਹੋਣਾ ਅਤੇ ਫਿਰ ਬੋਥ ਵੇ ਕਿ ਇੰਡੀਆ ਵਿੱਚ ਵੀ ਟੀਚ ਕੀਤਾ ਉਹਨਾਂ 10 ਸਾਲ ਔਰ ਇੱਥੇ ਵੀ 30 ਸਾਲ ਕੀਤਾ ਲਗਭਗ ਅੱਧੀ ਸਦੀ ਮਹਿਕਮੇ 'ਚ ਪੜ੍ਹਾਇਆ ਉਹਨਾਂ ਨੇ ਸੋ ਇਹਨਾਂ ਦੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਜਿੱਥੇ ਇੰਡੀਆ ਵਿੱਚ ਦੇਣਾ ਹੈ ਇਸ ਬਗਾਨੇ ਦੇਸ਼ ਵਿੱਚ ਆ ਕੇ ਬਗਾਨਾ ਨਹੀਂ ਕਹੂੰਗਾ ਹੁਣ ਤਾਂ ਸਾਡਾ ਆਪਣਾ ਹੀ ਹੈ ਤਾਂ ਇੱਥੇ ਆ ਕੇ ਵੀ ਇੰਨਾ ਇਹਨਾਂ ਨੇ ਵਧੀਆ ਤਰ੍ਹਾਂ ਵਿਚਰ ਲਿਆ ਕਿ ਇੱਥੇ ਆ ਕੇ ਪ੍ਰਿੰਸੀਪਲਸ਼ਿਪ ਕਰ ਲਈ ਔਖਾ ਹੈ ਪਰ ਇਹਨਾਂ ਨੇ ਉਸ ਸਮੇਂ 'ਚ ਜਦੋਂ ਮੇਰੇ ਖਿਆਲ ਬਹੁਤ ਔਖਾ ਹੋਊਗਾ ਹੁਣ ਤਾਂ ਸੌਖਾ ਹੋ ਗਿਆ ਇੱਥੇ ਲਾਈਫ 'ਚ ਜੀਣਾ ਸੋ ਅਸੀਂ ਤਹਿ ਦਿਲੋਂ ਇਹਨਾਂ ਦਾ ਰਿਕਾਰਡ ਕਰਦੇ ਹਾਂ ਔਰ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੇ ਮੈਂਬਰਾਂ ਦਾ ਕਿ ਜਿਨ੍ਹਾਂ ਨੇ ਉਹਨੂੰ ਅਸੀਂ ਰਿਕੁਐਸਟ ਕੀਤੀ ਔਰ ਇਹਨਾਂ ਇੱਕ ਤਾਂ ਮੰਨ ਲਈ ਕਿ ਠੀਕ ਹੈ ਨਹੀਂ ਤਾਂ ਸਾਨੂੰ ਸੀ ਪਤਾ ਨਹੀਂ ਇਸ ਗੱਲ ਨੂੰ ਸਵੀਕਾਰ ਵੀ ਕਰੇ ਕਿਉਂਕਿ ਤੁਛ ਜੀ ਇਹ ਗੱਲ ਹੈ ਗੱਲ ਨਹੀਂ ਹੈ ਕਿ ਅਸੀਂ ਥੋੜ੍ਹੇ ਜਿਹੇ ਵਿਅਕਤੀ ਇਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ ਸੋ ਹੀ ਇਜ਼ ਅ ਵੈਰੀ ਗ੍ਰੇਟ ਪਰਮਾਤਮਾ ਹੋਰ ਉਮਰ ਇਹਨਾਂ ਦੀ ਲੰਬੀ ਕਰੇ ਅਰਦਾਸ ਕਰਦੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ
ਜੀ ਉਮਲੀ ਸਾਹਿਬ ਜਿਸ ਦਿਨ ਨਾਂ ਦੀ ਪਰ ਵਿਚਾਰ ਵਟਾਂਦਰਾ ਕਰ ਰਿਹਾ ਸੀ ਤਾਂ ਕੁਝ ਨਾਂ ਸੀ ਉਹ ਮੀਟਿੰਗ ਦੇ ਵਿੱਚ ਆਏ ਲਾਸਟ ਮੀਟਿੰਗ ਜਿਹੜੀ ਅਸੀਂ ਸਪਤੰਬਰ ਦੇ ਵਿੱਚ ਕੀਤੀ ਆ ਤਾਂ ਜਦੋਂ ਇਹਨੇ ਨਾਂ ਲਿਆ ਮੈਂ ਕਿਹਾ ਮੈਂ ਉਹਨਾਂ ਨੂੰ ਜਾਣਦਾ ਹਾਂ ਸਾਡੀ ਇੱਕ ਮੀਟਿੰਗ 1995 ਦੇ ਵਿੱਚ ਸ਼ਾਇਦ ਇਹਨਾਂ ਨੂੰ ਪਤਾ ਪਈ ਜਿਸ ਵੇਲੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ 1995 ਵਿੱਚ ਇਸ ਨਵੀਂ ਬਿਲਡਿੰਗ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਹੋਣੇ ਸੀ ਤਾਂ ਉਦੋਂ ਥੋੜ੍ਹੀਆਂ ਅਫਵਾਹਾਂ 'ਚ ਇਹ ਅਫਵਾਹਾਂ ਚੱਲ ਰਹੀਆਂ ਸੀ ਜੀ ਇੱਥੇ ਚੋਣ ਹੋਣੀ ਆ ਜੇ ਉਹ ਹੋਣੀ ਆ ਅਤੇ ਇਹ ਨਹੀਂ ਮੈਨੂੰ ਇਹਨਾਂ ਨੂੰ ਪਤਾ ਲੱਗਾ ਹੀ ਨਹੀਂ ਮੈਨੂੰ ਵੀ ਮੀਟਿੰਗ ਦੇ ਵਿੱਚ ਸਤਿਆਜੀ ਦੇ ਵਿੱਚ ਪਾਲ ਸਿੰਘ ਪੁਰੇਵਾਲ ਅਜੈਬ ਸਿੰਘ ਮਾਨ ਗੁਰਮੇਲ ਸਿੰਘ ਬਾਸੀ ਪਰਮਿੰਦਰ ਸਿੰਘ ਖੁੱਬਰ ਇਹ ਵੀ ਉਦੋਂ ਇਹ ਮੋਨੇ ਸੀ ਉਦੋਂ ਬਾਅਦ ਸਰਦਾਰ ਸ਼ਾਇਦ ਰਿਟਾਇਰਮੈਂਟ ਦੇ ਲਾਗੇ ਸੀ ਤਾਂ ਫਿਰ ਮੈਂ ਇਹਨਾਂ ਨੂੰ ਇਹੀ ਸੁਝਾਅ ਦਿੱਤਾ ਸੀ ਦੇਖੋ ਜੀ ਅਸੀਂ ਤਾਂ ਇਹ ਨਵੇਂ ਅਤੇ ਅਸੀਂ ਕੰਮ ਕਰਨਾ ਵੀ ਵਧੀਆ ਹੈ ਜਿਹੜੇ ਰਿਟਾਇਰਡ ਬੰਦੇ ਆ ਜੇ ਗੁਰੂ ਘਰ ਦੀ ਸੇਵਾ ਕਰਨ ਉਹਦੇ ਨਾਂ ਦੀ ਰੇਸ ਨਹੀਂ ਇਲੈਕਸ਼ਨ ਨਾਂ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਸਾਰੇ ਜਿੰਨੇ ਵੀ ਆ ਰਿਟਾਇਰਡ ਪਰਸਨ ਉਹਨਾਂ ਨੂੰ ਤੁਸੀਂ ਮੂਹਰੇ ਕਰੋ ਅਤੇ ਪਿੱਛੇ ਜਿਹੜੀ ਆ ਆਪਣੇ ਪੜ੍ਹੇ ਲਿਖੇ ਦੂਸਰੇ ਜੋ ਵੀ ਕੰਮ ਇਹਨਾਂ ਕੋਲ ਨਹੀਂ ਹੁੰਦੇ ਜਾ ਕੇ ਕਰਾ ਸਕਦੇ ਆ ਤਾਂ ਫਿਰ ਉਸ ਵਕਤ ਤੋਂ ਲੈ ਕੇ ਠੀਕ ਠਾਕ ਰਿਹਾ 20 ਸਾਲ ਤਾਈਂ ਚਲੋ ਵਿੱਚ ਫਿਰ ਚੜਾਈਆਂ ਉਹ ਸਮੇਂ ਦੇ ਮੁਤਾਬਕ ਇਸ ਤਰ੍ਹਾਂ ਚੱਲਦੀਆਂ ਰਹਿੰਦੀਆਂ ਅਤੇ ਇਸੇ ਤਰ੍ਹਾਂ ਜਿਹੜਾ ਗੁਰੂ ਦਾ ਆ ਆਪਾਂ ਗੁਰਬਾਣੀ 'ਚ ਪੜ੍ਹਦੇ ਕੁੰਭੇ ਪੱਧਾ ਚੱਲ ਰਿਹਾ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਪੱਧਾ ਮੰਨ ਰਿਹਾ ਗੁਰ ਬਿਨ ਗਿਆਨ ਨਾ ਹੋਏ ਕਿ ਜਿਹੜੀ ਨੌਲੇਜ ਤੋਂ ਬਿਨਾਂ ਉਹ ਤੁਸੀਂ ਟੀਚਰ ਨਹੀਂ ਬਣਦੇ ਟੀਚਰ ਨੂੰ ਵੀ ਜੇ ਕਹੋ ਵੀ ਅਸੀਂ ਟੀਚਰ ਬਣ ਕੇ ਮੁੜ ਕੇ ਪੜ੍ਹੀਏ ਨਾ ਇਹ ਇੱਦਾਂ ਨਹੀਂ ਕਿਉਂਕਿ ਰਵਿੰਦਰ ਨਾਥ ਟੈਗੋਰ ਕਹਿੰਦਾ ਸੀ ਕਿ ਲੈਂਪ ਕੈਨ ਨੇਵਰ ਲਾਈਟ ਅਨਦਰ ਲੈਂਪ ਅਨਟਿਲ ਇਟ ਕੰਟੀਨਿਊ ਟੂ ਬਰਨ ਇਟ ਇਜ਼ ਓਨ ਫਲੇਮ ਇਹ ਟੀਚਰ ਕੈਨ ਨੇਵਰ ਟਰੂਲੀ ਟੀਚ ਅਨਟਿਲ ਹੀ ਇਜ਼ ਲਰਨਿੰਗ ਹਿਮਸੈਲਫ ਜਿੰਨਾ ਚਿਰ ਅਧਿਆਪਕ ਵੀ ਆਪਣੇ ਤਰੋ ਤਾਜ਼ਾ ਨਹੀਂ ਕਰਦਾ ਪ੍ਰਪੇਅਰ ਹੋ ਕੇ 2-2.5 ਘੰਟੇ 3 ਘੰਟੇ ਰਾਹ ਪੜ੍ਹ ਕੇ ਨਹੀਂ ਜਾਂਦਾ ਉਹਨਾਂ ਚਿਰ ਉਹ ਜਸਟਿਸ ਨਹੀਂ ਕਰ ਸਕਦਾ ਇਹ ਇਹਨੇ ਵੀ ਚੁੱਕ ਕੇ ਇਸ ਤਰ੍ਹਾਂ ਚੱਲ ਗਏ ਅਤੇ ਇਸ ਕਰਕੇ ਆਪਣੀ ਗਿਆਨ ਨੂੰ ਵਧਾਉਣ ਦੇ ਲਈ ਅਤੇ ਇਸੇ ਤਰ੍ਹਾਂ ਰਵਿੰਦਰ ਨਾਥ ਆਪਣੇ ਰਾਧਾ ਕ੍ਰਿਸ਼ਨ ਨੇ ਕਿਹਾ ਸੀ ਜੇ ਤੁਸੀਂ ਕਹਿੰਦਾ ਵੀ ਜ਼ਿੰਦਗੀ ਦਾ ਇੰਜੋਏ ਕਰਨਾ ਚਾਹੁੰਦੇ ਹਾਂ ਹੈਪੀਨੈਸ ਲਾਈਫ ਆਫ ਜੋਏ ਐਂਡ ਹੈਪੀਨੈਸ ਇਜ਼ ਪੋਸੀਬਲ ਔਨ ਨੌਲੇਜ ਐਂਡ ਸਾਇੰਸ ਅਤੇ ਇਹ ਸਿੱਧ ਕਰਦੀ ਹੈ ਵੀ ਸਾਨੂੰ ਸਾਇੰਸ ਦੇ ਹਿਸਾਬ ਨਾਲ ਗਿਆਨ ਲੈ ਕੇ ਉਸ ਵਕਤ ਦਾ ਤਾਂ ਜਿਹੜੀ ਆਪਣੀ ਕੰਟਰੀਬਿਊਸ਼ਨ ਸਮਾਜ ਲਈ ਕਰਨੀ ਚਾਹੀਦੀ ਆ ਅਤੇ ਅਸੀਂ ਕੀਤੀ ਵੀ ਆ ਅਤੇ ਅਗਾਂਹ ਵੀ ਅਸੀਂ ਸਮਾਜ ਦੇ ਵਿੱਚ ਜਿਹੜੀ ਸੰਸਥਾ ਦਾ ਮੁੱਖ ਮਕਸਦ ਆ ਅਤੇ ਮੱਲੀ ਸਾਹਿਬ ਨੇ ਦੱਸ ਦਿੱਤਾ ਹੁਣ ਮੈਂ ਰਿਕੁਐਸਟ ਕਰਾਂਗਾ ਬੀਬੀ ਸੁਰਜੀਤ ਕੌਰ ਜੀ ਜਿਹੜੇ ਪ੍ਰਿੰਸੀਪਲ ਇੰਡੀਆ ਰਹੇ ਆ ਅਤੇ ਹੁਣ ਇੱਥੇ ਸਮਾਵਾਂ ਮੀਡੀਆ 'ਚ ਵੀ ਕਾਫੀ ਸੋਸ਼ਲ ਮੀਡੀਆ 'ਚ ਵੀ ਕਾਫੀ ਸਰਗਰਮ ਰਹਿੰਦੇ ਆ ਇੱਕ ਛੋਟੀ ਜਿਹੀ ਕਵਿਤਾ ਅਤੇ ਕੁਝ ਵਿਚਾਰ ਜਿਹੜੇ ਆ ਉਹ ਪੇਸ਼ ਕਰ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦਿੱਤਾ ਵਾ ਬਲਦੇਵ ਸਿੰਘ ਪਰਮਾਰ ਬਾਰੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਿੱਦਣ ਇਹਨਾਂ ਦਾ ਮੈਨੂੰ ਫੋਨ ਨੰਬਰ ਮਿਲਿਆ ਫਿਰ ਮੈਂ ਵਟਸਐਪ 'ਤੇ ਸਰਦਾਰ ਸਾਡੇ ਜਸਵੀਰ ਸਿੰਘ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਭੇਜਿਆ ਹੈ ਨਾ ਮੈਂ ਕਿਹਾ ਹੁਣ ਤੁਸੀਂ ਗੱਲ ਕਰੋ ਜਾਣੀ ਜਿਹੜਾ ਯੋਗ ਵਿਅਕਤੀ ਆ ਜਦੋਂ ਉਹ ਸਨਮਾਨਿਤ ਹੋ ਜਾਵੇ ਫਿਰ ਖੁਸ਼ੀ ਮਨ ਨੂੰ ਬਹੁਤ ਹੁੰਦੀ ਆ ਨਾ ਜੀ ਦੇਖੋ ਜੀ ਆਉਂਦੇ ਜਾਂਦੇ ਆਦਮੀ ਰਹਿੰਦਾ ਨਹੀਂ ਨਿਸ਼ਾਨ ਪੈੜਾਂ ਜਾਂਦੇ ਛੱਡ ਜੋ ਉਹਨੇ ਲੋਕ ਮਹਾਨ ਪੈੜਾਂ ਜਾਂਦੇ ਛੱਡ ਜੋ ਉਹਨੇ ਲੋਕ ਮਹਾਨ ਜੂਹੀ ਨਹੀਂ ਮਿਲਤੀ ਰਾਹੀ ਕੋ ਮੰਜ਼ਲ ਜੂਹੀ ਨਹੀਂ ਮਿਲਤੀ ਰਾਹੀ ਕੋ ਮੰਜ਼ਲ ਏਕ ਜਨੂਨ ਸਾ ਦਿਲ ਮੇਂ ਜਗਾਨਾ ਹੋਤਾ ਹੈ ਇੱਕ ਜਨੂਨ ਸਾ ਦਿਲ ਮੇਂ ਜਗਾਨਾ ਹੋਤਾ ਹੈ ਪੂਛਾ ਚਿੜੀਓ ਸੇ ਕੈਸੇ ਬਣਾ ਜੇ ਆਸ਼ਿਆਨਾ ਪੂਛਾ ਚਿੜੀਓ ਸੇ ਕੈਸੇ ਬਣਾ ਜੇ ਆਸ਼ਿਆਨਾ ਬੋਲੀ ਪਰਨੀ ਪੜਤੀ ਹੈ ਅਡਾਨ ਬਾਰ ਬਾਰ ਤਿਨਕਾ ਤਿਨਕਾ ਅਠਾਨਾ ਪੜਤਾ ਹੈ ਇਸ ਤਰ੍ਹਾਂ ਨੌਂ ਬਣਦਾ ਇਹ ਨਹੀਂ ਹੈਗਾ ਵੀ ਇੱਕਦਮ ਨਹੀਂ ਹੈ ਨਾ ਬਹੁਤ ਜ਼ਿੰਦਗੀ 'ਚ ਸਟਰਗਲ ਕਰਨੀ ਪੈਂਦੀ ਆ ਹੁਣ ਮੈਂ ਅਧਿਆਪਕ ਹਾਂ ਅਧਿਆਪਕ ਦੀ ਕਿੰਨੀ ਕੁ ਵੈਲਜੂ ਆ ਉਹਦੇ ਬਾਰੇ ਮੈਂ ਬੋਲਣ ਲੱਗੀ ਹਾਂ ਮੈਨੂੰ ਪਤਾ ਹੈ ਕਿ ਮੇਰੀ ਕੋਈ ਸ਼ੋਭਾ ਨਹੀਂ ਸ਼ੋਭਾ ਤਾਂ ਗੁੰਬਦ ਅਤੇ ਮਹਿਲਾਂ ਦੀ ਹੁੰਦੀ ਹੈ ਮੈਂ ਤਾਂ ਇੱਕ ਨੀਹਾਂ ਨੀਹਾਂ ਤਾਂ ਛੁਪੀਆਂ ਨੇ ਨੀਹਾਂ ਕਿਹੜਾ ਦਿਖਦੀਆਂ ਨੇ
ਪਰ ਇਹ ਪਤਾ ਹੈ ਕਿ ਨੀਹਾਂ ਹਨ ਤਾਂ ਮਹਿਲ ਹੈ, ਨੀਹਾਂ ਹਨ ਤਾਂ ਗੁੰਬਦ ਹੈ। ਮੈਨੂੰ ਪਤਾ ਹੈ ਕਿ ਮੇਰਾ ਆਪਣਾ ਕੋਈ ਵਜੂਦ ਨਹੀਂ, ਵਜੂਦ ਤਾਂ ਫਲ ਦਾ ਹੈ, ਵਜੂਦ ਤਾਂ ਰੁੱਖਾਂ ਦਾ ਹੈ। ਮੈਂ ਤਾਂ ਬੀਜ ਹਾਂ, ਪਰ ਮੈਨੂੰ ਇੰਨਾ ਪਤਾ ਹੈ ਕਿ ਬੀਜ ਹੈ ਤਾਂ ਰੁੱਖ ਹਨ, ਬੀਜ ਹੈ ਤਾਂ ਫਲ ਹਨ। ਮੈਂ ਜਾਣਦਾ ਹਾਂ ਕਿ ਮੈਂ ਲੋਕਾਂ ਦੀ ਚਰਚਾ ਵਿੱਚ ਨਹੀਂ, ਕਿਸੇ ਦੀ ਜ਼ੁਬਾਨ ਤੇ ਨਹੀਂ, ਕਿਸੇ ਦੀਆਂ ਗੱਲਾਂ ਵਿੱਚ ਨਹੀਂ। ਗੱਲ ਤਾਂ ਦੀਵੇ ਦੀ ਹੁੰਦੀ ਹੈ, ਚਰਚਾ ਤਾਂ ਚਾਨਣ ਦੀ ਹੁੰਦੀ ਹੈ। ਮੈਂ ਤਾਂ ਜੋਤ ਹਾਂ, ਪਰ ਹਾਂ, ਜੋਤ ਹੈ ਤਾਂ ਚਾਨਣ ਹੈ, ਜੋਤ ਹੈ ਤਾਂ ਦੀਵਾ ਹੈ। ਮੈਨੂੰ ਪਤਾ ਹੈ ਕਿ ਮੈਂ ਕਿਸੇ ਦਾ ਪਿਆਰਾ ਨਹੀਂ, ਪਿਆਰ ਤਾਂ ਮਿੱਠੀਆਂ ਗੱਲਾਂ ਨੂੰ ਹੁੰਦਾ ਹੈ, ਮੈਨੂੰ ਤਾਂ ਝਿੜਕਣਾ ਵੀ ਪੈਂਦਾ ਹੈ। ਆਪਾਂ ਇੰਡੀਆ 'ਚ ਝਿੜਕਦੇ ਸੀ ਨਾ ਬੱਚਿਆਂ ਨੂੰ, ਹੈ ਨਾ, ਕਿਉਂਕਿ ਉੱਥੇ ਤਾਂ ਲੋਟ ਵੀ ਨਹੀਂ ਸੀ ਆਉਂਦਾ ਕੰਮ, ਜੇ ਝਿੜਕਦੇ ਨਹੀਂ ਸੀ। ਇੱਥੇ ਮੁਤਾਬਕ ਇਹ ਸਹੀ ਨਹੀਂ ਹੈਗਾ, ਮੈਨੂੰ ਤਾਂ ਝਿੜਕਣਾ ਵੀ ਪੈਂਦਾ ਹੈ। ਪਰ ਹਾਂ, ਝਿੜਕ ਹੈ ਤਾਂ ਕੋਈ ਵਕੀਲ ਬਣਿਆ, ਝਿੜਕ ਹੈ ਤਾਂ ਕੋਈ ਡਾਕਟਰ ਬਣਿਆ, ਝਿੜਕ ਹੈ ਤਾਂ ਕੋਈ ਇੰਜੀਨੀਅਰ ਬਣਿਆ। ਪਤਾ ਹੈ ਜੀ, ਬਹੁਤੇ ਮੇਰੇ 'ਤੇ ਮਾਣ ਨਹੀਂ ਕਰਦੇ, ਮਾਣ ਤਾਂ ਅਫਸਰਾਂ 'ਤੇ ਹੁੰਦਾ ਹੈ, ਮਾਣ ਤਾਂ ਫੌਜੀਆਂ 'ਤੇ ਹੁੰਦਾ ਹੈ, ਮਾਣ ਤਾਂ ਡਾਕਟਰਾਂ 'ਤੇ ਹੁੰਦਾ ਹੈ। ਪਰ ਮੈਂ ਤਾਂ ਅਧਿਆਪਕ ਹਾਂ, ਪਰ ਹਾਂ, ਅਧਿਆਪਕ ਹੈ ਤਾਂ ਡਾਕਟਰ ਹੈ, ਅਧਿਆਪਕ ਹੈ ਤਾਂ ਅਫਸਰ ਹੈ। ਕੋਈ ਮੇਰੇ 'ਤੇ ਮਾਣ ਕਰੇ ਜਾਂ ਨਾ ਕਰੇ, ਕੋਈ ਮੇਰੇ 'ਤੇ ਮਾਣ ਕਰੇ ਜਾਂ ਨਾ ਕਰੇ, ਪਰ ਮੈਨੂੰ ਆਪਣੇ ਆਪ 'ਤੇ ਮਾਣ ਹੈ, ਕਿਉਂਕਿ ਮੈਂ ਨੀਂਹ ਹਾਂ, ਮੈਂ ਬੀਜ ਹਾਂ, ਮੈਂ ਮਿੱਠੀ ਝਿੜਕ ਹਾਂ, ਮੈਂ ਜੋਤ ਹਾਂ, ਸਹੀ ਜਾਣਿਆ ਮੈਂ ਇੱਕ ਅਧਿਆਪਕ ਹਾਂ। ਕਿਸੇ ਨੇ ਅਧਿਆਪਕ ਨੂੰ ਪੁੱਛਿਆ, ਤੁਸੀਂ ਕੀ ਕਰਦੇ ਹੋ? ਅਧਿਆਪਕ ਨੇ ਜਵਾਬ ਦਿੱਤਾ, ਸੁੰਦਰ ਸੁਰ ਸਜਾਉਣ ਲਈ ਸਾਜ਼ ਬਣਾਉਂਦਾ ਹਾਂ, ਸੁੰਦਰ ਸੁਰ ਸਜਾਉਣ ਲਈ ਸਾਜ਼ ਬਣਾਉਂਦਾ ਹਾਂ, ਅਨਾੜੀ ਪਰਿੰਦਿਆਂ ਨੂੰ ਬਾਜ ਬਣਾਉਂਦਾ ਹਾਂ, ਚੁੱਪ ਚਾਪ ਸੁਣਦਾ ਹਾਂ ਸ਼ਿਕਾਇਤਾਂ ਸਭ ਦੀਆਂ, ਫੇਰ ਦੁਨੀਆਂ ਨੂੰ ਬਦਲਦੀ ਆਵਾਜ਼ ਬਣਾਉਂਦਾ ਹਾਂ। ਸਮੁੰਦਰ ਤਾਂ ਪਰਖਦਾ ਹੌਂਸਲੇ ਕਿਸ਼ਤੀਆਂ ਦੇ, ਸਮੁੰਦਰ ਤਾਂ ਪਰਖਦਾ ਹੌਂਸਲੇ ਕਿਸ਼ਤੀਆਂ ਦੇ, ਅਤੇ ਮੈਂ ਡੁੱਬਦੀਆਂ ਕਿਸ਼ਤੀਆਂ ਨੂੰ ਜਹਾਜ਼ ਬਣਾਉਂਦਾ ਹਾਂ। ਬਣਾਏ ਚਾਹੇ ਕੋਈ ਚੰਨ ਦੇ ਬੁਰਜ ਇਹ ਖਲੀਫਾ, ਮੈਂ ਤਾਂ ਕੱਚੀਆਂ ਇੱਟਾਂ ਨਾਲ ਤਾਜ ਬਣਾਉਂਦਾ ਹਾਂ, ਮੈਂ ਤਾਂ ਕੱਚੀਆਂ ਇੱਟਾਂ ਨਾਲ ਤਾਜ ਬਣਾਉਂਦਾ ਹਾਂ। ਸਮੂਹ ਮਿਹਨਤੀ ਅਧਿਆਪਕਾਂ ਨੂੰ ਸਮਰਪਿਤ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਬਹੁਤ ਧੰਨਵਾਦ। ਇਹ ਓਵਰਸੀ ਟੀਚਰ ਐਸੋਸੀਏਸ਼ਨ ਵੱਲੋਂ ਹਮੇਸ਼ਾ ਹੀ ਇਹਨਾਂ ਨੂੰ ਸੁਣਦੇ ਰਹੀਦਾ, ਰੇਡੀਓ 'ਤੇ ਟਾਕ ਸ਼ੋਅ 'ਚ ਵੀ ਭਾਗ ਲੈਂਦੇ ਰਹਿੰਦੇ ਆ, ਟੀ ਵੀ 'ਤੇ ਵੀ ਉਸ ਤਰ੍ਹਾਂ ਵੀ ਇਹ ਪਲੇਅ ਦੇ ਵਿੱਚ ਵੀ ਆਪਣਾ ਸਰਕਾਰ ਵੱਲੋਂ ਰੋਲ ਅਦਾ ਕਰਦੇ ਰਹਿੰਦੇ ਆ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਆਪ ਦੇ ਸਾਹਮਣੇ ਬਲਤੇਜ ਸਿੰਘ ਗਿੱਲ, ਜਿਹੜੇ ਪ੍ਰੋਫੈਸਰ ਫਰੀਦਕੋਟ ਰਹੇ ਆ, ਉਹ ਆਪ ਨੂੰ ਇੱਕ ਕਵਿਤਾ ਨਾਲ ਨਿਹਾਲ ਕਰਨੇ। ਪਰਮ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਜੀ ਪਰਮਾਰ ਤੇ ਉਹਨਾਂ ਦਾ ਸਟਾਫ, ਉਹਨਾਂ ਦੇ ਕਰਦੇ ਮੈਂਬਰ, ਬੜੀ ਖੁਸ਼ੀ ਹੁੰਦੀ ਹੈ ਜਦੋਂ ਸੁਣ ਕੇ ਕਿਸ ਤਰ੍ਹਾਂ ਇੰਡੀਆ ਪੜ੍ਹਾਇਆ, ਇੱਥੇ ਆ ਕੇ ਕਿਸ ਤਰ੍ਹਾਂ ਪੜ੍ਹਾਈ ਕੀਤੀ, ਇਸ ਅਹੁਦੇ 'ਤੇ ਪਹੁੰਚੇ, ਐਡਮਿਨਿਸਟ੍ਰੇਟਰ ਵੀ ਲੱਗੇ ਰਹੇ। ਪਰ ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਿਆ, ਉਹਨਾਂ ਨੇ ਕਹਿ ਦਿਆ ਵੀ ਉਦੋਂ ਪੱਗ ਨਹੀਂ ਬੰਨਦੇ ਸੀ, ਪਰ ਲੱਗਦਾ ਨਹੀਂ ਇਸ ਤਰ੍ਹਾਂ, ਬਿਲਕੁਲ ਐਂ ਲੱਗਦੇ ਵੀ ਜਿਵੇਂ ਤੁਸੀਂ ਬੌਰਨ ਤੋਂ ਹੀ ਇਸ ਤਰ੍ਹਾਂ ਦੇ ਸਿੱਖ ਸਿੱਖੀ ਸਰੂਪ ਜੋ ਹੁੰਦੇ ਹੈ। ਸੋ ਮੈਂ ਪ੍ਰਧਾਨ ਜੀ ਸਾਰਿਆਂ ਦਾ ਧੰਨਵਾਦ ਕਰਦਾ ਵੀ ਜਿਹੜੇ ਟੀਚਰ ਇੱਥੇ ਆਏ ਹੈ ਦਿਨ ਮਨਾਉਣ ਵਾਸਤੇ, ਕਿਉਂਕਿ ਦਿਨ ਬਹੁਤ ਹੀ ਵਡਮੁੱਲਾ ਹੈ, ਕਿਉਂ ਟੀਚਰ ਇੱਕ ਬਹੁਤ ਹੀ ਵੱਡੀ ਨੇਸ਼ਨ ਬਿਲਡਰ ਹੈ। ਸੋ ਟੀਚਰ ਦੀ ਕਦਰ ਨਹੀਂ ਕਰਦੇ ਆਪਾਂ ਤਾਂ ਫਿਰ ਕੁਛ ਵੀ ਨਹੀਂ ਹੁੰਦਾ ਦੁਨੀਆਂ 'ਚ, ਜਿਹੜਾ ਜਿੱਥੇ ਟੀਚਰ ਦੀ ਕਦਰ ਨਹੀਂ ਉੱਥੇ ਕੁਛ ਵੀ ਨਹੀਂ ਹੁੰਦਾ। ਸੋ ਮੈਨੂੰ ਤਾਂ ਮੇਰੀ ਡਿਊਟੀ ਲੱਗੀ ਵੀ ਛੋਟੀ ਜਿਹੀ ਕਵਿਤਾ ਇੱਕ ਗਜ਼ਲ ਦੇ ਰੂਪ ਵਿੱਚ ਤੁਹਾਨੂੰ ਸੁਣਾਉਂਦਾ।
ਪੰਜਾਬੀ ਦੀ ਗਜ਼ਲ ਹੈ ਜੀ। ਪਾਲ ਤੇਰੀ ਵਿੱਚ ਖਿਆਲ ਮੈਂ ਅੱਜ ਵੀ ਪਾਰ ਸਮੁੰਦਰ ਕਰ ਪਾਲ ਤੇਰੀ ਵਿੱਚ ਖਿਆਲ ਮੈਂ ਅੱਜ ਵੀ ਪਾਰ ਸਮੁੰਦਰੋਂ ਕਰ ਜ਼ਖਮ ਚੇੜ ਕੁਛ ਯਾਦਾਂ ਸਾਡੀ ਓਟੀ ਦੇ ਸ਼ਿੰਗਾਰ ਆ ਅਤੇ ਅਜੇ
ਥੋੜੇ ਜਿਹਾ ਉਸ ਮੂਡ ਚ ਨਹੀਂ ਹੋਏ, ਜੇ ਕਿਤੇ ਹੁੰਦੇ ਆ ਸਾਡਾ ਪ੍ਰੋਗਰਾਮ ਵੀ ਉਦਾਂ ਦਾ ਤੇ ਮਹਿਫਲ ਜਮਾ ਦਿੰਦੇ ਆ ਡੇਢ ਡੇਢ ਦੋ ਦੋ ਘੰਟੇ। ਇਹ ਨੀ ਵੀ ਗਲਤ ਕੋਈ, ਬੜੇ ਸਭਿਅਕ ਜਿਹੜੇ ਆ ਪ੍ਰੋਗਰਾਮ ਪੇਸ਼ ਕਰਦੇ ਆ। ਅੱਜ ਤੋਂ ਇਹਨਾਂ ਨੂੰ 15 ਸਾਲ ਪਹਿਲਾਂ ਬੈਂਕਟ ਹਾਲ ਵਿੱਚ ਸੁਣਿਆ ਸੀ, ਮੈਂ ਇਹਨਾਂ ਨੂੰ ਗੱਲ ਦੱਸਦਾ ਵੀ ਇਹਨਾਂ ਨੂੰ ਮੈਂ ਤੁਹਾਨੂੰ ਸੁਣਿਆ ਸੀ ਜਦੋਂ ਆਏ ਆ ਇੱਥੇ ਨੇ, ਤੇ ਬਹੁਤ ਧੰਨਵਾਦ ਇਹਨਾਂ ਦਾ। ਤੇ ਜਿਹੜਾ ਸਾਡੀ OTA ਦਾ ਓਬਜੈਕਟ ਅੱਜ ਅਸੀਂ ਦੇਖਦੇ ਹਾਂ ਕਿ ਸੰਸਾਰ ਭਰ ਦੇ ਵਿੱਚ ਜਿਹੜੇ ਐਂਗਜ਼ਾਇਟੀ ਦੇ ਕੇਸ ਆ ਉਹ ਦਿਨੋਂ ਦਿਨ ਵੱਧ ਰਹੇ ਆ। ਕਨੇਡਾ ਦੇ ਵਿੱਚ ਹਰ ਪੰਜਵਾਂ ਬੰਦਾ ਜਿਹੜਾ ਆ ਐਂਗਜ਼ਾਇਟੀ ਦਾ ਸ਼ਿਕਾਰ ਆ, ਸਟ੍ਰੈਸ ਆ, ਡਿਪਰੈਸਡ ਆ, ਅਤੇ ਤਕਰੀਬਨ ਐਡਮਿੰਟਨ ਦੇ ਵਿੱਚ ਹਰ ਰੋਜ਼ 11 ਸੂਸਾਈਡ ਹੁੰਦੇ ਆ, ਜਿਨ੍ਹਾਂ ਦੇ ਵਿੱਚੋਂ 18 ਤੋਂ ਲੈ ਕੇ 27 ਸਾਲ ਤਾਈਂ ਅਤੇ ਉਸ ਤੋਂ ਬਾਅਦ ਦੂਸਰੇ। ਅਤੇ ਇਸ ਤਰ੍ਹਾਂ ਦੁਨੀਆ ਦੇ ਵਿੱਚ ਤਕਰੀਬਨ 3000 ਸੂਸਾਈਡ ਡੇਲੀ ਹੋ ਰਹੇ ਆ। ਹੁਣ ਤੁਸੀਂ ਦੇ ਪਿਛਲੀ ਵਿੱਕੇ ਆਪਾਂ ਪੜ੍ਹਦੇ ਸੀ ਨਿਊਜ਼ ਕਿ ਆਪਣੀ ਕਮਿਊਨਿਟੀ ਦਾ ਬੇਟਾ ਸੀ 17-18 ਸਾਲ ਦੀ ਉਮਰ, ਉਹਨੇ ਟ੍ਰੇਨ ਦੇ ਮੁਹਰੇ ਸੂਸਾਈਡ ਕਰ ਲਈ ਯੂਨੀਵਰਸਿਟੀ ਦੇ ਕੋਲ, ਅਤੇ ਉਹ ਨੋਟ ਵੀ ਕਹਿੰਦੇ ਲਿਖ ਕੇ ਲੱਗ ਗਿਆ ਵੀ ਮਾਂ ਬਾਪ ਨੂੰ ਕੁਛ ਨਹੀਂ ਕਹਿਣਾ, ਵੀ ਮੇਰਾ ਜੀਣ ਨੂੰ ਦਿਲ ਨਹੀਂ ਕਰਦਾ। ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ, ਅਤੇ ਸਾਡੀ ਜਥੇਬੰਦੀ ਦੇ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਕਿ ਜਿਹੜੇ ਨੀਡੀ ਪਰਸਨ ਆ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੋਵੇ, ਅਸੀਂ ਆਪਣੀ ਉਹ ਹੈਲਪ ਜਿਹੜੀ ਆ ਅਗਾਂਹ ਫਿਊਚਰ ਦੇ ਵਿੱਚ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣੀ ਕਮਿਊਨਿਟੀ ਦੇ ਜਿਹੜੇ ਯੰਗ ਜਨਰੇਸ਼ਨ ਬੇਟੇ ਆ ਉਹਨੇ ਪਿਛਲੇ 15 ਸਤੰਬਰ ਨੂੰ ਇਹ ਵਾਕ ਫਾਰ ਨੀਡੀ ਪਰਸਨ ਲਈ ਜਿਹੜੇ ਸ਼ਿਕਾਰ ਵਾ ਉਹਨਾਂ ਨੇ ਮਨੀ ਇਕੱਠੀ ਕੀਤੀ, ਤਕਰੀਬਨ ਹਰੇਕ ਸਾਲ ਕਰਦੇ ਆ, 21 ਜੂਨ 'ਚ ਕੀਤੀ ਆ, ਅਤੇ ਪਿਛਲੇ ਸਾਲ ਮੈਂ ਵੀ ਉਹਨਾਂ ਦੇ ਹਰੇਕ ਸਾਲ ਜਾਂਦਾ ਰਿਹਾ। 21 ਪਤਾ ਨਹੀਂ ਲੱਗਾ, ਉਹ ਕਹਿੰਦੇ ਕਿ ਭਾਈ ਅਰਲੀ ਕਰ ਲਈਏ ਵੀ ਉਦੋਂ ਮੀਂਹ ਪੈ ਜਾਂਦਾ, ਠੰਡਾ ਹੋ ਜਾਂਦਾ ਆ। ਪਿਛਲੇ ਸਾਲ ਨੇ $20,000 ਜਿਹੜਾ ਡਾਲਰ ਵਾ ਉਹ ਚੈਰਿਟੀ ਨੂੰ ਦਿੱਤਾ ਤਾਂ ਕਿ ਜਿਹੜੀ ਉਹ ਕੌਂਸਲਿੰਗ ਕਰਨ ਵਾਲੇ ਆ ਉਹਨਾਂ ਨੂੰ ਮਦਦ ਹੋ ਸਕੇ ਅਤੇ ਇਸ ਪਾਸਿਓਂ ਕੱਢਿਆ ਜਾ ਸਕੇ। ਅਤੇ ਹੁਣ ਜੋ ਅਸੀਂ ਪਿਛਲੇ ਸਮੇਂ ਦੌਰਾਨ ਹਲਕੀਆਂ ਫੁਲਕੀਆਂ ਜੋ ਐਕਟੀਵਿਟੀ ਕੀਤੀਆਂ ਆ ਜਿੰਨਾ ਕੁ ਤੁਹਾਨੂੰ ਸਮਾਂ ਸੀ, ਕਿਉਂਕਿ ਸਿਆਲ ਦੇ ਵਿੱਚ ਸਾਡੇ ਬਹੁਤੇ ਸਾਥੀ ਇੰਡੀਆ ਨੂੰ ਵੀ ਚੱਲ ਜਾਂਦੇ ਆ, ਥੋੜ੍ਹੀ ਰਹਿ ਜਾਂਦੀ ਆ, ਸਾਡਾ ਇਹ ਵੀ ਵਿਚਾਰ ਆ ਕਿ ਜਿਹੜੀ ਬੋਕਸਿੰਗ ਡੇ ਅਤੇ ਕ੍ਰਿਸਮਸ 'ਤੇ ਕੋਈ ਇਸ ਤਰ੍ਹਾਂ ਦੀ ਡੋਨੇਸ਼ਨ ਇਕੱਠੀ ਕਰਕੇ ਦਿੱਤੀ, ਜਿਹੜੇ ਹੋਮਲੈਸ ਆ ਉਹਨਾਂ ਨੂੰ ਸਪੋਰਟ ਹੋ ਸਕੇ, ਜੋ ਵੀ ਅਸੀਂ ਤਿਲ ਫੁਲ ਕਰ ਸਕਦੇ ਹਾਂ ਉਹ ਕੀਤਾ ਇਕੱਠਾ ਕਰਕੇ ਉਹਨਾਂ ਨੂੰ ਦਿੱਤਾ ਜਾਊਗਾ। ਅਤੇ ਹੁਣ ਮੈਂ ਕਿਉਂਕਿ ਸਾਡੇ ਪ੍ਰੈਸ ਸਕੱਤਰ ਸਾਹਿਬ ਉਹ ਇਸ ਸਾਲ ਪੂਰੇ ਹੋ ਗਏ ਸੀ, ਉਹਨਾਂ ਦੀ ਜਗ੍ਹਾ 'ਤੇ ਅਸੀਂ ਭੈਣ ਜੀ ਰਿਆਤ ਕੌਰ ਹਰਿੰਦਰ ਕੌਰ ਰਿਆਤ ਨੂੰ ਅਪੁਆਇੰਟ ਕੀਤਾ ਸੀ, ਲੇਕਿਨ ਉਹਨੇ 1 ਜਾਂ 2 ਮੀਟਿੰਗ ਅਟੈਂਡ ਕੀਤੀਆਂ, ਉਸ ਤੋਂ ਬਾਅਦ ਉਹਨਾਂ ਨੇ ਇੰਡੀਆ ਚਲਾ ਗਿਆ। ਅਤੇ ਹੁਣ ਉਹ ਜ਼ਿੰਮੇਵਾਰੀ ਸਾਡੀ ਜਿਹੜੀ ਆ ਸਰਦਾਰ ਅਮਰਜੀਤ ਸਿੰਘ ਪ੍ਰਿੰਸੀਪਲ ਜਿਹੜੇ ਸੰਧੂ ਸਾਹਿਬ ਆ ਉਹਨਾਂ 'ਤੇ ਪੈ ਗਈ ਆ, ਉਹ ਸਾਡੇ ਜੁਆਇੰਟ ਵਾਈਸ ਸੈਕਟਰੀ ਵੀ ਆ, ਨਾਲ ਨਾਲ ਪ੍ਰੈਸ ਸੈਕਟਰੀ ਜਿਵੇਂ ਸਿਮਾਨ ਆ ਰਹੇ ਆ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ 3-4 ਮਿੰਟ ਲਈ ਆਪਣੇ ਜੋ ਗਤੀਵਿਧੀਆਂ ਆਪਾਂ ਕੀਤੀਆਂ ਜੋ ਆਪਾਂ ਵਿਚਾਰ ਰੱਖਦੇ ਉਹਨਾਂ ਬਾਰੇ ਚਾਨਣਾ ਪਵੇ। ਥੈਂਕ ਯੂ ਸਰਦਾਰ ਅਮਰਜੀਤ ਸਿੰਘ ਸੰਧੂ। ਅੱਜ ਦੇ ਮੁੱਖ ਪ੍ਰਾਹੁਣੇ ਸਰਦਾਰ ਬਲਦੇਵ ਸਿੰਘ ਜੀ ਪਰਮਾਰ ਜੀ, ਉਹਨਾਂ ਦੇ ਨਾਲ ਆਏ ਫੈਮਿਲੀ ਮੈਂਬਰਾਂ, ਸਾਡੇ ਓਵਰਸੀਜ਼ ਟੀਚਰਸ ਐਸੋਸੀਏਸ਼ਨ ਦੇ ਮੈਂਬਰਾਂ ਔਰ ਮੀਡੀਆ ਨਾਲ ਸੰਬੰਧਿਤ ਇੱਥੇ ਆਏ ਬਹੁਤ ਹੀ ਸਤਿਕਾਰਯੋਗ ਮੈਂਬਰਾਂ ਸਭ ਦਾ ਇੱਥੇ ਆਉਣ 'ਤੇ ਓਵਰਸੀਜ਼ ਐਸੋਸੀਏਸ਼ਨ ਵੱਲੋਂ, ਟੀਚਰਸ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ, ਖਾਸ ਕਰਕੇ ਪਰਮਾਰ ਸਾਹਿਬ ਅਤੇ ਉਹਨਾਂ ਦੇ ਫੈਮਿਲੀ ਮੈਂਬਰ ਅਤੇ ਮੀਡੀਆ 'ਤੇ ਜਿਨ੍ਹਾਂ ਨੂੰ ਇੰਨੇ ਸ਼ੋਰਟ ਨੋਟਸ 'ਤੇ ਕਿਹਾ ਔਰ ਇੱਥੇ ਪਹੁੰਚੇ ਆ, ਸਾਡੇ ਸਮਾਗਮ ਦੀ ਸ਼ਾਨ ਨੂੰ ਇਹਨਾਂ ਦੁੱਗਣਾ ਚੌਗਣਾ ਕੀਤਾ। ਮੈਂ ਆਪ ਸਭ ਨੂੰ ਇੰਟਰਨੈਸ਼ਨਲ ਟੀਚਰਸ ਐਸੋਸੀਏਸ਼ਨ 'ਤੇ ਤਹਿ ਦਿਲੋਂ ਵਧਾਈ ਦਿੰਦਾ ਹਾਂ, ਕਿਉਂਕਿ ਇਸ ਐਸੋਸੀਏਸ਼ਨ ਨਾਲ ਜੁੜੇ ਸਾਰੇ ਟੀਚਰ ਇੰਡੀਆ ਦੇ ਵਿੱਚ ਬੜੇ ਟੈਲੈਂਟਡ ਟੀਚਰ, ਬੜੇ ਕਾਮਯਾਬ ਅਧਿਆਪਕ ਉੱਥੇ ਸਿੱਧ ਹੋਏ ਆ, ਔਰ ਪਰਮਾਰ ਸਾਹਿਬ ਦੀ ਜੀਵਨੀ ਨੂੰ ਮੈਂ ਪੜ੍ਹ ਕੇ ਸੁਣ ਕੇ ਵੇਖ ਕੇ ਇੰਨਾ ਪ੍ਰਭਾਵਿਤ ਹੋਇਆ
ਕਿ ਮੈਨੂੰ ਤੇ ਇਹਨਾਂ ਨਾਲ ਪਿਆਰ ਹੋ ਗਿਆ, ਗੁਲਾਬੀ ਪੱਗ ਬੱਧੀ ਆ, ਗੋਰਾ ਰੰਗ ਆ, ਕਿ ਸੋਹਣਾ ਸੂਟ ਪਾਇਆ, ਨੈਕਟਾਈ ਲਾਈ ਆ, ਔਰ ਇਸ ਏਜ ਦੇ ਵਿੱਚ ਅਸੀਂ 70 ਸਾਲ 'ਚ ਅੱਗ ਜਾਂਦੇ ਹਾਂ ਵੀ ਸਾਡੇ ਹੱਥ ਕੰਮਦੇ ਆ, ਬੜੀ ਸੋਰਸ ਆਫ ਇੰਸਪੀਰੇਸ਼ਨ ਆ। ਔਰ ਸਾਨੂੰ ਇਹਨਾਂ ਤੋਂ ਇੱਕ ਬਹੁਤ ਵੱਡਾ ਲੈਸਨ ਮਿਲਦਾ ਕਿ ਜੇ ਕਿਸੇ ਇਨਸਾਨ ਨੇ ਨੇਕ ਨੀਤੀ ਨਾਲ ਆਪਣੇ ਕਿੱਤੇ ਨਾਲ ਜਸਟਿਸ ਕੀਤਾ, ਉਹਦੀ ਜ਼ਮੀਰ 'ਤੇ ਕੋਈ ਬੋਝ ਨਹੀਂ, ਉਹਦੇ ਦਿਮਾਗ 'ਤੇ ਕੋਈ ਬੋਝ ਨਹੀਂ, ਲੰਬੀ ਦਾ ਸੋ ਹੀ ਡਿਡ ਹਿਜ਼ ਡਿਊਟੀਜ਼ ਵਿਦ ਸਿੰਸੈਰਿਟੀ, ਡੈਡੀਕੇਸ਼ਨ ਐਂਡ ਡਿਵੋਸ਼ਨ, ਸੈਲਫਲੈਸਲੀ। ਹੁਣ ਵੀ ਦੇਖੋ ਆਪਣੇ ਵਿਦਆਊਟ ਐਨੀ ਚਾਰਜ ਉਹ ਸਾਡੇ ਸੁਸਾਇਟੀ ਦੀ ਸੇਵਾ ਕਰ ਰਹੇ ਆ, ਔਰ ਅਦਰਵਾਈਜ਼ ਆਖੇ ਵੀ ਮੈਨੂੰ ਉਹਦੀ ਲੋੜ ਆ ਕਿਸੇ ਨਾਲ ਵਾਹ ਵਾਸਤਾ ਮੈਂ ਰੱਖਣ ਦੀ। ਸੋ ਇਹੋ ਜਿਹੇ ਵਿਲੱਖਣ ਯੋਗ ਸ਼ਖਸੀਅਤਾਂ ਬਹੁਤ ਘੱਟ ਹੁੰਦੀਆਂ, ਔਰ ਇਹ ਇੱਕ ਮਾਰਗਦਰਸ਼ਕ ਹੁੰਦੀਆਂ ਜਿਹਨਾਂ ਨੂੰ ਦੇਖ ਕੇ, ਜਿਹਨਾਂ ਨੂੰ ਸੁਣ ਕੇ, ਜਿਹਨਾਂ ਦੀ ਜੀਵਨੀ ਪੜ੍ਹ ਕੇ ਬੜਾ ਉਤਸ਼ਾਹ ਆਉਂਦਾ, ਔਰ ਜ਼ਿੰਦਗੀ ਦੇ ਵਿੱਚ ਇਨਸਾਨ ਅੱਗੇ ਵੱਧਦਾ। ਇੰਡੀਆ ਦੇ ਵਿੱਚ ਵੀ ਸਾਡੀ ਟੀਚਰਸ ਐਸੋਸੀਏਸ਼ਨ ਹੁੰਦੀ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੀ, ਔਰ ਉਹਦੇ ਵਿੱਚ ਹਰ ਸਾਲ 5 ਸਤੰਬਰ ਨੂੰ ਅਸੀਂ ਮਨਾਉਂਦੇ ਹਾਂ, ਔਰ ਉਹਦੇ 'ਚ ਅਸੀਂ ਬੜਾ ਆਨਰੇਬਲ ਕਰਦੇ ਹਾਂ, ਜਿਹੜਾ ਟੀਚਰ ਬੜਾ ਡੈਡੀਕੇਟਡ ਹੁੰਦਾ ਹੈ ਉਹਨੂੰ ਅਸੀਂ ਆਨਰ ਕਰਦੇ ਹਾਂ 5 ਸਤੰਬਰ ਨੂੰ। ਮੈਨੂੰ ਬੜੀ ਦਰਸ਼ਨ ਵਿੱਚ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਆਡੀਅੰਸ ਦੇ ਵਿੱਚ ਹੀ ਦੋ ਟੀਚਰ ਜਿਹਨਾਂ ਨੂੰ ਅਸੀਂ ਉੱਥੇ ਸਨਮਾਨਿਤ ਕੀਤਾ ਸੀ, ਇੱਕ ਤਾਂ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਔਰ ਸਰਦਾਰ ਜਗਵੀਰ ਸਿੰਘ ਗਿੱਲ, ਦੂਰੇ ਪ੍ਰਿੰਸੀਪਲ ਸਰਦਾਰ ਸੁਖਦੇਵ ਸਿੰਘ ਜੀ। ਔਰ ਮੈਨੂੰ ਇੱਕ ਗੱਲ ਦਾ ਮਾਣ ਹੈ ਕਿ ਉੱਥੇ ਜਿਹਨਾਂ ਟੀਚਰਾਂ ਨੂੰ ਅਸੀਂ ਉੱਥੇ ਸਨਮਾਨਿਤ ਕੀਤਾ, ਇਹਨਾਂ ਵਾਂਗੂ ਪਰਮਾਰ ਸਾਹਿਬ ਵਾਂਗੂ ਇੰਨੀ ਚੋਣ ਅੱਛੀ ਹੁੰਦੀ ਸੀ ਕਿ ਉਹਨਾਂ ਨੂੰ ਪੰਜਾਬ ਸਰਕਾਰ ਨੇ, 4 ਜਾਣਿਆਂ ਨੂੰ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ, ਔਰ 3 ਜਾਣਿਆਂ ਨੂੰ ਨੈਸ਼ਨਲ ਅਵਾਰਡ ਮਿਲੇ। ਸੋ ਮੈਂ ਬੜਾ ਖੁਸ਼ ਹੋਇਆ ਜਿਸ ਤਰ੍ਹਾਂ ਮੱਲੀ ਸਾਹਿਬ ਨੇ ਉਦੋਂ ਇਹ ਸੁਜੈਸ਼ਨ ਦਿੱਤੀ ਇਹਨਾਂ ਬਾਰੇ, ਔਰ ਪਰਫੈਕਟਲੀ 101% ਇਹ ਚੋਣ ਜਿਹੜੀ ਆ ਸਾਡੀ ਸਹੀ ਹੈ। ਜਿੱਥੋਂ ਤੱਕ ਸਾਡੇ ਪ੍ਰਧਾਨ ਸਾਹਿਬ ਜਸਵੀਰ ਸਿੰਘ ਜੀ ਦਾ ਸੰਬੰਧ ਆ, ਉਹ ਵੀ ਬਹੁਤ ਟੈਲੈਂਟਡ ਅਤੇ ਬੜੇ ਹੀ ਸੰਸੀਅਰ ਆਪਣੇ ਟੀਚਰ ਉੱਥੇ ਇਹਨਾਂ ਨੇ ਰਹੇ, ਉੱਥੇ ਟੀਚਿੰਗ ਕੀਤੀ ਆ। ਔਰ ਸਾਨੂੰ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਬੱਚਿਆਂ ਨੂੰ ਵਿਗਿਆਨਿਕ ਸੋਚ ਬਣਾਉਣ ਲਈ ਇੰਪਰੋਵਾਈਜ਼ ਆਪਰੇਟਸ ਬਣਾਏ ਜਾਂਦੇ ਸੀ, ਔਰ ਸਾਇੰਸ ਫੇਅਰਸ ਲੱਗਦੇ ਸੀ, ਔਰ ਸਾਡੇ ਸਕੂਲ ਵੱਲੋਂ ਇਹ ਉਹਨਾਂ ਨੂੰ ਇਹਨਾਂ ਦੀ ਗਾਈਡੈਂਸ ਥੱਲੇ ਉਹ ਮਾਡਲ ਬਣਾਉਂਦੇ ਸੀ। ਔਰ ਸਾਨੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ, ਇਹਨਾਂ ਦੇ ਮਾਡਲ ਤਹਿਸੀਲ ਲੈਵਲ 'ਤੇ ਫਸਟ, ਡਿਸਟ੍ਰਿਕਟ ਲੈਵਲ 'ਤੇ ਫਸਟ, ਪੰਜਾਬ ਲੈਵਲ 'ਤੇ ਫਸਟ, ਨੈਸ਼ਨਲ ਲੈਵਲ 'ਤੇ ਫਸਟ, ਇੰਟਰਨੈਸ਼ਨਲ ਲੈਵਲ 'ਤੇ ਕੁਆਲਾਲੰਪੁਰ ਇਹਨਾਂ ਨੂੰ ਬੱਚਿਆਂ ਨੇ ਇਹਨਾਂ ਨੂੰ ਖੜਨਾ ਸੀ, ਲੇਕਿਨ ਫਾਈਨੈਂਸ਼ੀਅਲ ਇਹ ਸਨ ਜਿਹਨਾਂ ਨੇ ਬਾਬਾ ਸੋਹਣ ਸਿੰਘ ਗੌਰਮੈਂਟ ਸੀਨੀਅਰ ਸਕੂਲ ਸੈਕੰਡਰੀ ਭਕਨਾ ਦਾ ਨਾਂ ਉੱਚਾ ਕੀਤਾ। ਇਹ ਉੱਥੇ ਰਹਿੰਦੇ ਅਤੇ ਇਹ ਵੀ ਨੈਸ਼ਨਲ ਅਵਾਰਡੀ ਹੁਣ ਤੱਕ ਹੋਣੇ ਹੀ, ਪਰ ਬੜੀ ਖੁਸ਼ੀ ਹੈ ਇੱਥੇ ਵੀ ਇਹ ਗਿਆਨ ਵੰਡ ਰਹੇ ਆ, ਔਰ ਵਿਦਿਆ ਖੇਤਰ ਦੇ ਵਿੱਚ ਇੱਥੇ ਵੀ ਹਿੱਸਾ ਪਾ ਰਹੇ। ਸੋ ਜਿੱਥੋਂ ਤੱਕ ਸਾਡਾ ਏਮਸ ਐਂਡ ਓਬਜੈਕਟਿਵਸ ਆਪਣੇ ਮੱਲੀ ਸਾਹਿਬ ਨੇ ਦੱਸੇ ਆ, ਇਹੋ ਹੀ ਸਾਡਾ ਮੇਨ ਮਨ ਦੇ ਵਿੱਚ ਆ ਵੀ ਇਹ ਸੁਸਾਇਟੀ ਸਾਡੇ ਲਈ ਕਿੰਨਾ ਕੁਝ ਕਰ ਰਹੀ ਹੈ, ਕਿੰਨਾ ਸਾਫ਼ ਸੁਥਰਾ ਵਾਤਾਵਰਨ, ਕਿੰਨਾ ਡਿਸਿਪਲਿਨ, ਕਿੰਨਾ ਹਰ ਖੇਤਰ ਦੇ ਵਿੱਚ ਆਪਣੇ ਜਿਹੜਾ ਉਹ ਆਪਣੇ ਆਪ ਨੂੰ ਡਿਸਿਪਲਿਨ 'ਚ ਰੱਖਣ ਬਾਰੇ ਕਰਦੇ ਆ, ਔਰ ਸਾਨੂੰ ਵੱਧ ਤੋਂ ਵੱਧ ਅਕੋਮੋਡੇਟ ਕਰ ਰਹੇ। ਕਿਉਂ ਨਾ ਅਸੀਂ ਵੀ ਘੁੰਬਲਾ ਮਾਰੀਏ ਜਿਹਦੇ ਨਾਲ ਅਸੀਂ ਵੀ ਮਨ ਨੂੰ ਸਾਨੂੰ ਤਸੱਲੀ ਹੋਵੇ, ਵੀ ਆਰ ਡੂਇੰਗ ਸਮਥਿੰਗ ਫਾਰ ਦਿਸ ਸੁਸਾਇਟੀ। ਉੱਥੇ ਤਾਂ ਕਰਦੇ ਆਏ ਹੀ ਹਾਂ, ਲੇਕਿਨ ਇੱਥੇ ਵੀ ਆਪਾਂ ਕੁਝ ਇਹੋ ਜਿਹੀਆਂ ਗਤੀਵਿਧੀਆਂ ਆਪਾਂ ਇਹਨਾਂ ਨੂੰ ਕਰੀਏ ਜਿਹਦੇ ਨਾਲ ਸਾਡੀ ਪਹਿਚਾਣ ਹੋਵੇ, ਤਾਂ ਕਿ ਜੋ ਇਹ ਸਾਨੂੰ ਇੱਥੋਂ 100% ਨਹੀਂ, 5%, 10% ਵੀ ਰਿਟਰਨ ਦੇ ਸਕੀਏ। ਸੋ ਵੀ ਆਰ ਡੂਇੰਗ ਐਫਰਟਸ ਇਨ ਦਿਸ ਡਾਇਰੈਕਸ਼ਨ। ਅਜੇ ਨਵੀਂ ਨਵੀਂ ਸਾਡੀ ਇਹ ਹੋਣ ਚ ਆਈ ਐਸੋਸੀਏਸ਼ਨ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਸਮਾਜ ਬਾਰੇ ਹੋਰ ਪ੍ਰਗਤੀਵਿਧੀਆਂ ਕਰੀਏ ਤਾਂ ਕਿ ਉਹਦੀ ਪਹਿਚਾਣ ਹੋ ਸਕੇ। ਸੋ ਮੈਂ ਉਹਦਾ ਕੋਈ ਨਾਂ ਬੋਲਦਿਆਂ ਹੋਇਆ ਸੱਚੀ ਉਹ ਚਲੀ ਗਏ, ਮੈਂ ਦੂਜੀ ਗੱਲ ਦੇ ਨਾਲ ਦੇਖੀ ਜਾਂਦੀ ਮਤਲਬ ਹੈ, ਜਾਂ ਮੈਂ ਅੱਜ ਵੇਖੀ ਪਾ ਕੇ ਜਾਂ ਜਿੱਦਣ ਸ਼ਹਾਰਾ ਮੇਰਾ ਪਿਆ ਉਹ ਤਾਂ ਔਰ ਵੈਲ ਸੂਟਡ ਬੂਟਡ ਤੇ ਤਾਂ ਹੀ ਆ, ਜ਼ਮੀਰ 'ਤੇ ਕੋਈ ਬੋਝ ਨਹੀਂ, ਦਿਮਾਗ 'ਤੇ ਕੋਈ ਬੋਝ ਨਹੀਂ, ਹੀਜ਼ ਡਿਡ ਹਿਜ਼ ਡਿਊਟੀਜ਼ ਵਿਦ ਡੈਡੀਕੇਸ਼ਨ, ਡਿਵੋਸ਼ਨ, ਸੈਲਫਲੈਸ। ਹੋਏ 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 ਹੋਏ।
ਇਹੋ ਮਸਾਲਾ ਸਾਡੇ ਜੀਵਨ ਵਿੱਚ ਜਦੋਂ ਆਉਂਦੀਆਂ ਉਦੋਂ ਬੜਾ ਉਤਸ਼ਾਹ ਮਿਲਦਾ, ਬੜਾ ਮਨ ਦੇ ਵਿੱਚ ਆਪਣੇ ਇਹ ਉਤਸ਼ਾਹ ਆਉਂਦਾ ਕਿ ਅਸੀਂ ਤਿੰਨ ਦੇ ਬੱਚੇ ਹਾਂ ਤੇ ਅਸੀਂ ਬੜੇ ਖੁਸ਼ਕਿਸਮ ਸਮਝਦੇ ਹਾਂ ਇਹ ਸਾਡੀ ਐਸੋਸੀਏਸ਼ਨ ਨਾਲ ਜੁੜੇ ਆ, ਇਹ ਸਾਡੇ ਦਿਸ਼ਾ ਨਿਰਦੇਸ਼ਕ ਨੇ ਔਰ ਸਾਡੇ ਰਹਿਨੁਮਾ ਨੇ ਜੋ ਸਾਨੂੰ ਇਹ ਗਾਈਡੈਂਸ ਦੇਣਗੇ, ਕਿਉਂਕਿ ਇੰਨਾ ਲੰਬਾ ਸਮਾਂ ਇੰਡੀਆ ਦੇ ਵਿੱਚ ਵੀ ਇਹਨਾਂ ਨੇ ਅਧਿਆਪਨ ਕਿਤੇ ਨਾਲ ਨਿਭਾਇਆ ਔਰ ਇੱਥੇ ਆ ਕੇ ਕਿੰਨੇ ਸੰਕਲਪ ਨਾਲ, ਕਿੰਨੇ ਇਰਾਦੇ ਨਾਲ, ਕਿੰਨੇ ਦ੍ਰਿੜ ਆਪਣੇ ਇਰਾਦੇ ਨਾਲ ਇਹਨਾਂ ਨੇ ਮਿਹਨਤ ਕੀਤੀ ਆ ਔਰ ਗੁੱਡ ਟੀਚਰ, ਗੁੱਡ ਐਡਮਿਨਿਸਟ੍ਰੇਟਰ। ਹੁਣ ਲੋਕ ਸੇਵਾ ਜਿਹੜੀ ਹੋ ਰਹੀ ਆ ਉਹ ਕੋਈ ਨਹੀਂ ਕਰਦਾ ਇਹ ਉਮਰ 'ਚ ਆ ਕੇ, ਸਾਡੀ ਸੁਸਾਇਟੀ ਵੱਲੋਂ, ਸਾਡੀ ਐਸੋਸੀਏਸ਼ਨ ਵੱਲੋਂ ਸਾਰੇ ਮੈਂਬਰਾਂ ਵੱਲੋਂ ਉਸ ਪਰਮਾਤਮਾ ਅੱਗੇ ਅਰਦਾਸ ਆ ਕਿ ਇਹੋ ਜਿਹੀ ਪਰਸਨੈਲਿਟੀ ਦੀ ਬਾਬਾ ਜੀ ਕਿਰਪਾ ਕਰਨ, ਲੰਬੀ ਉਮਰ ਕਰੇ, ਇਹ ਹਮੇਸ਼ਾ ਖੁਸ਼ ਰਹਿਣ, ਤੰਦਰੁਸਤ ਰਹਿਣ ਔਰ ਚੜ੍ਹਦੀ ਕਲਾ ਵਿੱਚ ਰਹਿਣ ਔਰ ਸਾਨੂੰ ਇਸ ਤਰ੍ਹਾਂ ਮਿਸਾਲ ਅੱਗੇ ਬੰਨੇ ਫੜ ਕੇ ਆਪਣੇ ਰੱਖਣ ਅਸੀਂ ਮਗਰ ਮਗਰ ਤੁਰੀ ਆਈਏ। ਥੈਂਕ ਯੂ ਵੈਰੀ ਮਚ। ਅਤੇ ਸਾਨ ਪ੍ਰਿੰਸੀਪਲ ਅਮਰਜੀਤ ਸਿੰਘ ਸੰਧੂ, ਸਾਨੂੰ ਉਹਨਾਂ 'ਤੇ ਮਾਣ ਵਾ ਕਿ ਇਹ ਬਾਬਾ ਸੋਹਣ ਸਿੰਘ ਭਗਨਾ ਦੇ ਪਿੰਡ ਤੋਂ ਆ ਅਤੇ ਸਾਡਾ ਸਿਰ ਜਿਹੜਾ ਐਸੋਸੀਏਸ਼ਨ ਦਾ ਹੋਰ ਉੱਚਾ ਹੋ ਜਾਂਦਾ ਆ। ਆਪ ਨੂੰ ਪਤਾ ਹੀ ਆ ਕਿ ਬਾਬਾ ਸੋਹਣ ਸਿੰਘ ਭਗਨਾ ਜਿਹੜੇ ਆ ਗਦਰ ਪਾਰਟੀ ਦੇ ਬਾਨੀ ਸਨ, ਤੋ ਸਾਡਾ ਪ੍ਰਾਊਡ ਜਿਹੜਾ ਆ ਹੋਰ ਵੱਧ ਜਾਂਦਾ ਆ। ਅਤੇ ਇਸ ਸਾਲ ਆਪਾਂ 550ਵਾਂ ਪ੍ਰਕਾਸ਼ ਦਿਵਸ ਗੁਰੂ ਨਾਨਕ ਦੇਵ ਜੀ ਦਾ ਮਨਾ ਰਹੇ ਹਾਂ ਬੜੀ ਧੂਮਧਾਮ ਦੇ ਨਾਲ, ਹਿੰਦੁਸਤਾਨ ਵਿੱਚ ਵੀ ਇੱਧਰ ਵੀ ਮਨਾਇਆ ਜਾ ਰਿਹਾ ਆ। ਕੱਲ੍ਹ ਮੈਂ ਸੁਣ ਰਿਹਾ ਸੀ ਕਿ ਗੁਰੂ ਘਰਾਂ ਨੇ ਤਕਰੀਬਨ 25,000 ਦੇ ਗੇੜ ਇਕੱਠਾ ਕਰਕੇ 50,000 ਦੀ ਪਲੈਜ ਲਈ ਆ, ਖਾਲਸਾ ਹੈਡ ਨੂੰ ਭੇਜਿਆ ਆ। ਆਪਣੇ ਸੰਘਾ ਸਾਹਿਬ ਟੀ ਵੀ ਪ੍ਰੋਗਰਾਮ 'ਤੇ ਫੋਕਸ ਟੀ ਵੀ ਰੋਲ 'ਤੇ ਦੱਸ ਰਹੇ ਸਨ 25,000 ਦੇ ਗੇੜ 'ਚ ਹੋਰ ਇਕੱਠਾ ਕਰਨਗੇ। ਸੋ ਇਹ ਸਭ ਤੋਂ ਵੱਡਾ ਕਾਰਜ ਇਹ ਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਅਤੇ ਉਸ ਵਕਤ ਮੈਂ ਜਿਸ ਵੇਲੇ 500 ਸਾਲਾਂ ਬਾਬੇ ਨਾਨਕ ਦਾ ਜਨਮ ਦਿਨ ਮਨਾਇਆ 1969 'ਤੇ ਮੈਂ 3 ਕਲਾਸ 'ਚ ਪੜ੍ਹਦਾ ਸੀ। ਮੈਨੂੰ ਹੁਣ ਜਦ ਚੇਤਾ ਆਉਂਦਾ ਕਿ ਜਮਨੀ ਦਿਨੀ 1969 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਨਾ ਕੀਤੀ ਗਈ ਵਿੱਦਿਆ ਦੇ ਪ੍ਰਸਾਰ ਲਈ। ਇਸੇ ਤਰ੍ਹਾਂ ਬਹੁਤ ਸਾਰੇ ਕਾਲਜ ਬਣਾਏ ਗਏ ਸੀ ਸਾਡੇ ਲਾਗੇ, ਸੰਘ ਢੇਸੀਆਂ ਕਾਲਜ ਆ ਗ੍ਰਹਿਆਂ ਦੇ ਲਾਗੇ 4 ਕਿਲੋਮੀਟਰ 'ਤੇ, ਉਹ ਲੜਕੀਆਂ ਦਾ ਕਾਲਜ ਬਣਾਇਆ ਗਿਆ। ਅਤੇ ਇਸ ਟਾਈਮ ਉੱਥੇ ਪਤਾ ਨਹੀਂ ਕਿੰਨੀਆਂ ਲੜਕੀਆਂ ਜਿਹੜੀਆਂ ਐਜੂਕੇਸ਼ਨ ਲੈ ਕੇ ਬਾਹਰ ਆਈਆਂ, ਉਹਨਾਂ ਵਿੱਚੋਂ ਬੜੀਆਂ ਐਡਮਿਨਿਸਟ੍ਰੇਟਰ ਵੀ ਆ ਅਤੇ ਵੈੱਲ ਐਜੂਕੇਟਡ ਵੀ ਆ। ਅਤੇ ਇਸੇ ਤਰ੍ਹਾਂ ਜਿਹੜੀਆਂ 1969 ਦੇ ਵਿੱਚ ਬੈਂਕਾਂ ਵੀ, ਯੂਨੀਅਨ ਬੈਂਕਾਂ ਨੇ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਸਥਾਪਨਾ ਕੀਤੀ। ਮਨਜੇਤਾ ਵੀ 1969 ਦੇ ਵਿੱਚ ਸਾਡੇ ਪਿੰਡ ਪਹਿਲੀ, ਪਹਿਲਾਂ ਕੋਵਰਟ ਬੈਂਕ ਹੁੰਦੀ ਸੀ 1969 ਯੂਨੀਅਨ ਬੈਂਕ ਆਫ ਇੰਡੀਆ, ਜਦੋਂ ਕਦੇ ਜਾਈਦਾ ਦੇਖੀਦਾ ਉਹ 'ਤੇ ਲਿਖਿਆ ਤਾਂ ਯੂਨੀਅਨ ਬੈਂਕ ਆਫ ਇੰਡੀਆ 1969 ਤਾਂ ਦੇਖ ਕੇ ਹੁਣ ਦੇਖ ਲਓ ਵੀ 50 ਸਾਲਾਂ ਦੇ ਵਿੱਚ ਕਿੰਨੀ ਚੇਂਜ ਆ ਗਈ ਆ ਅਤੇ ਦੁਨੀਆ ਕਿੱਥੇ ਪਹੁੰਚ ਗਈ ਆ। ਸੋ ਆਪਾਂ ਨੂੰ ਸਾਰੇ ਰਲ ਮਿਲ ਕੇ ਇਹ ਤਿਉਹਾਰ ਵੀ ਜਿਹੜੇ ਆ ਜੋਸ਼ੋ ਖਰੋਸ਼ ਨਾਲ ਮਨਾਉਣੇ ਚਾਹੀਦੇ ਆ। ਤਾਂ ਸਾਰਿਆਂ ਨੂੰ ਬਾਬੇ ਨਾਨਕ ਦੇ ਇਸ 550ਵੇਂ ਜਨਮ ਦਿਨ 'ਤੇ ਬਹੁਤ ਬਹੁਤ ਸ਼ੁਭਕਾਮਨਾ, ਕਿਉਂਕਿ ਮੁੜ ਕੇ ਆਪਾਂ 3 ਨਵੰਬਰ ਨੂੰ ਗੁਰਦੁਆਰੇ ਮੀਟਿੰਗ ਕਰਨੀ ਆ ਅਤੇ ਸਾਰੇ ਤਾਂ ਨਹੀਂ ਇਕੱਠੇ ਹੋ ਸਕਦੇ, ਇਸ ਕਰਕੇ ਅਡਵਾਂਸ ਦੇ ਵਿੱਚ ਜਿੱਦਾਂ ਵੀ ਇਹ ਕੋਈ ਆਪਣੇ ਢੰਗ ਨਾਲ ਉਹਨੂੰ ਮਨਾਉਣਾ ਚਾਹੁੰਦਾ ਆ ਉਹ ਮਨਾਵੇ, ਕਿਉਂਕਿ ਬਾਬੇ ਨਾਨਕ ਨੇ ਆਪਾਂ ਨੂੰ ਕਿਹਾ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ। ਆਪਾਂ ਜਿਹੜਾ ਪ੍ਰੋਗਰਾਮ ਲੀਕ ਰਹੇ ਹਾਂ ਇਹ ਵੀ ਉਹਨਾਂ ਦੀ ਸੇਧ ਲੈ ਕੇ ਹੀ ਆਪਾਂ ਲੀਕੇ ਜਾ ਰਹੇ ਹਾਂ। ਅਤੇ ਜਿਹੜਾ ਗੁਰੂ ਵਰਡ ਵਰਤਿਆ ਆ ਇਹਦਾ ਵੀ ਮਕਸਦ ਆਪਾਂ ਜੇ ਸਪਲਿਟ ਕਰਕੇ ਦੇਖੀਏ ਸੰਸਕ੍ਰਿਤ ਦਾ ਵਰਡ ਆ ਗੁਰੂ, ਗੂ ਜਮਾ ਰੂ, ਗੂ ਦਾ ਮੀਨ ਹੈ ਡਾਰਕਨੈਸ, ਰੂਹ ਦਾ ਮਤਲਬ ਰਿਮੂਵਰ, ਰਿਮੂਵਰ ਆਫ ਡਾਰਕਨੈਸ, ਕਿ ਕਿੱਦਾਂ ਹਨੇਰਾ ਆਪਾਂ ਦੂਰ ਕਰਨਾ ਆ। ਉਹ ਗਿਆਨਤਾ ਦਾ ਹਨੇਰਾ ਕਿਸ ਤਰ੍ਹਾਂ ਬਾਬੇ ਨੇ ਕੀਤਾ, ਗਿਆਨ ਦੇ ਨਾਲ, ਦਲੀਲ ਦੇ ਨਾਲ ਜਾ ਕੇ, ਇਹ ਨਹੀਂ ਵੀ ਕੋਈ ਪੜਤਾਂ ਵਾਂਗ ਦਲੀਲ ਕਰਕੇ ਜਿਸ ਤਰ੍ਹਾਂ ਇਹ ਪੇਪਰਾਂ ਦੇ ਵਿੱਚ ਅੱਜ ਕੱਲ੍ਹ ਐਡਾਂ ਆਉਂਦੀਆਂ ਆ ਪੰਡਤਾਂ ਦੀਆਂ ਜਾਂ ਦੂਏ ਬਾਬਿਆਂ ਦੀਆਂ, ਉਹਨੇ ਦਲੀਲ ਨਾਲ ਗੱਲ ਕਰਕੇ ਸੈਂਟਿਫਿਕ ਵੇ ਦੇ ਨਾਲ ਸਾਨੂੰ ਇਸ ਵਿੱਦਿਆ ਦਾ ਚਾਨਣ ਜਿਹੜਾ ਪ੍ਰਦਾਨ ਕਰਨ ਵਿੱਚ ਆਪਣਾ ਫਲਸਫਾ ਦਿੱਤਾ। ਸੋ ਹੁਣ ਮੈਂ ਸਾਡੇ ਸਰਦਾਰ ਭੁੱਲਰ ਸਾਹਿਬ ਇੱਕ ਹਫ਼ਤਾ ਪੇਸ਼ ਕਰਨਗੇ, ਉਸ ਤੋਂ ਬਾਅਦ ਫਿਰ ਆਨਰ ਕੀਤਾ ਜਾਊਗਾ ਸਰਦਾਰ ਬਲਦੇਵ ਸਿੰਘ ਪਰਮਾਰ ਹੋਣਾ ਨੂੰ ਅਤੇ ਲਾਸਟ ਉਹਨਾਂ ਦੀ ਇਹ ਹੋ ਗਿਆ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਨਾ
ਇੱਥੇ ਆ ਕੇ ਜਿਵੇਂ ਨਾ ਬਿੱਲੀ ਸੀਂਹ ਪੜਾਇਆ ਅਤੇ ਬਿੱਲੀ ਨੂੰ ਖਾਣ ਆਇਆ। ਮੈਂ ਪਹਿਲਾਂ ਸਕੂਲ 'ਚ ਉਰਦੂ ਪੜ੍ਹਿਆ ਸੀ, ਫਿਰ ਮੈਂ ਪੰਜਾਬੀ ਜਿਹੜੀ ਆ, ਮੇਰੇ ਤੋਂ 3 ਮੀਲ ਗਰੀਬੀ ਸੀ, ਸਾਈਕਲ ਨਹੀਂ ਸੀ ਮੇਰੇ ਕੋਲ, ਮੈਂ ਤੁਰ ਕੇ ਜਾਂਦਾ ਹਾਂ। ਤੁਹਾਡੇ ਕੋਲੋਂ ਮੈਂ ਪੰਜਾਬੀ ਸਿੱਖੀ ਆ, ਟੀਚਰਾਂ ਕੋਲੋਂ। ਫਿਰ ਇੱਕ ਸਿਆਲ ਦੇ ਵਿੱਚ ਮੈਂ ਹਿੰਦੀ ਸਿੱਖੀ ਆ, ਹਿੰਦੀ ਦਾ ਮੈਂ ਅਖਬਾਰ ਪੜ੍ਹ ਲੈਂਦਾ। ਇਹ 30 ਸਾਲ ਦੀ ਉਮਰ 'ਚ ਮੈਂ ਕੰਮ ਕੀਤਾ। ਉਰਦੂ 'ਚ ਮੈਂ ਸਕੂਲ 6 ਜਮਾਤਾਂ ਪੜ੍ਹਿਆ ਸਾਂ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ, ਤੁਸੀਂ ਮੈਨੂੰ ਇਸ ਕਵਿਤਾ ਯੋਗ ਬੋਲਣ ਯੋਗਾ ਬਣਾਇਆ ਹੈ। ਮੈਂ ਪਹਿਲਾਂ ਦੱਸਣਾ ਵਾ ਕਿ ਗੁਰੂ ਨਾਨਕ ਦੇਵ ਜੀ ਦੀ ਤੁਹਾਨੂੰ ਵਧਾਈ ਦੇਣਾ 550ਵੇਂ ਜਨਮ ਦਿਨ ਦੀ, ਅਤੇ ਉਹਨਾਂ ਦੀ ਕਵਿਤਾ ਵੀ ਤੁਹਾਨੂੰ ਸੁਣਾਉਣਾ। ਫਿਰ ਮੈਂ ਇੱਕ ਸਮਾਜਿਕ ਵੀ ਸੁਣਾਵਾਂਗਾ। ਬੀਤਿਆ ਨਾਲ ਆਈ ਰੁੱਤ ਹੈ ਸਿਆਲੇ ਦੀ, ਠੰਡੀ ਠੰਡੀ ਪੌਣ ਨਾਲ ਰਹਿ ਪੈਂਦੀ ਪਾਲੇ ਦੀ, ਤਪਦੀ ਰਹਿੰਦੀ ਤਾਂ ਵੀ ਹਿੱਕ ਮੱਤ ਵਾਲੇ ਦੀ, ਸੀਨੇ ਵਿੱਚ ਗਰਮੀ ਹੈ ਖੂਨ ਦੇ ਵਾਲੇ ਦੀ, ਨੂਰੀ ਮੁੱਖ ਵਾਲੇ ਆਣ ਪਿਆਰ ਪਾਵੀਂ ਪਾਵਣਾ, ਨਾਨਕ ਪਿਆਰੇ ਗੁਰੂ ਸਾਡੇ ਆ ਜਾਵਣਾ। ਲੋਕੀ ਕਹਿੰਦੇ ਪੱਤ ਚੜ ਆਖਾਂ ਮੈਂ ਬਹਾਰ ਆ, ਸੀਨੇ ਮੇਰੇ ਵਿੱਚ ਵੇ ਖਿੜੀ ਗੁਲਜ਼ਾਰ ਆ, ਬਿਰਹੋਂ ਦੀ ਭੱਠੀ ਮੇਰਾ ਦਿਲ ਅੰਗਿਆਰ ਆ, ਨਹੀਂ ਜੀ ਇਹ ਤਾਂ ਖਿੜੇ ਹੋਏ ਫੁੱਲ ਨੇ ਪਿਆਰ ਆ, ਸਦਰਾਂ ਦਾ ਹਾਰ ਅੱਜ ਤੇਰੇ ਗਲ ਪਾਵਣਾ, ਨਾਨਕ ਪਿਆਰੇ ਗੁਰੂ ਸਾਡੇ ਆ ਜਾਵਣਾ। ਸਾਡੀ ਪੈਲੀ ਵਿੱਚ ਮਾਹੀਆ ਕੇਰਾ ਮੱਝੀ ਚਾਰ ਜਾ, ਹਰੀ ਨੂੰ ਉਜਾੜ ਜਾ ਅਤੇ ਉਜੜੀ ਸਵਾਰ ਜਾ, ਡੁੱਬੀ ਜਾਂਦੀ ਬੇੜੀ ਭੋਲੇ ਜੱਟ ਦੀ ਵੀ ਤਾਰ ਜਾ, ਭੂਰੀ ਸੁੱਟ ਵਾਣੇ ਛਾਵੇਂ ਧੁੱਪ ਵੀ ਗੁਜ਼ਾਰ ਜਾ, ਸੱਪ ਤੋਂ ਕਰਾ ਕੇ ਛਾਇਆ ਰਾਏ ਪਰਮਾਵਣਾ, ਨਾਨਕ ਪਿਆਰੇ ਗੁਰੂ ਸਾਡੇ ਆ ਜਾਵਣਾ। ਖਰੇ ਸੌਦੇ ਕਰਨਿਆਂ ਜੇ ਬਾਪ ਘਰੋਂ ਮਾਰਿਆ, ਉੱਥੇ ਕੀ ਜਵਾਬ ਦੇ ਸੇ ਰੱਬ ਦੇ ਪਿਆਰਿਆ, ਚੱਲ ਹੱਟ ਮੱਲ ਸੁਲਤਾਨਪੁਰ ਪਿਆਰਿਆ, ਪ੍ਰੇਮ ਸੌਦਾ ਲੈਣਾ ਹੱਟੀ ਖੋਲ ਵਣ ਜਾ ਰਿਹਾ, ਤੇਰੀ ਹੱਟੀ ਆ ਕੇ ਅਸਾਂ ਘੱਟ ਨਾ ਲਿਜਾਵਣਾ, ਨਾਨਕ ਪਿਆਰੇ ਗੁਰੂ ਸਾਡੇ ਆ ਜਾਵਣਾ। ਇੱਧਰ ਨਾ ਜਾਈ ਠੱਗ ਠੱਗ ਲੂਗਾ ਰਾਹੀਆ, ਸੱਜਣ ਦੇ ਨਾਂ ਦੀ ਮੱਚੀ ਹੋਈ ਜੀ ਦਵਾਈ ਆ, ਕਈਆਂ ਸੱਜਣਾਂ ਨੇ ਪੱਤ ਉਸ ਤੋਂ ਲੁਹਾਈ ਆ, ਠੱਗਾਂ ਤਾਂ ਹੀ ਠੱਗਣਾ ਕੀ ਜਾਣਦਾ ਮਾਈ ਆ, ਤਾਂ ਫਿਰ ਗੇਰਾ ਕੌਡੇ ਵੱਲੇ ਵੀ ਹੋ ਜਾਵਣਾ, ਨਾਨਕ ਪਿਆਰੇ ਗੁਰੂ ਸਾਡੇ ਆ ਜਾਵਣਾ। ਝੱਲਿਆ ਜਾਵੇ ਦੁੱਖ ਭੁੱਖ ਹੈ ਸਿਹਾਰੀ ਦਾ, ਅੱਖ ਖਾਣੇ ਪੈ ਗਏ ਸਵਾਦ ਤੇਰੀ ਯਾਰੀ ਦਾ, ਮਰ ਗਏ ਧਿਆਏ ਕਿਹੜਾ ਦੇਹ ਲੈ ਕੰਧਾਰੀ ਦਾ, ਸੁੱਕ ਜਾਏ ਹੋਜ ਰੱਬਾ ਵੜੀ ਦੀ ਅਟਾਰੀ ਦਾ, ਪੱਥਰਾਂ 'ਚੋਂ ਕੱਢ ਘੁੱਟ ਪਾਣੀ ਦਾ ਪਿਆਵਣਾ, ਨਾਨਕ ਪਿਆਰੇ ਗੁਰੂ ਸਾਡੇ ਆ ਜਾਵਣਾ। ਪੱਥਰਾਂ ਦੇ ਪੰਜਿਆਂ ਨੇ ਕਈ ਰੂਹਾਂ ਛੜੀਆਂ, ਤੇਰੀ ਯਾਦ ਵਿੱਚ ਕੰਧਾਂ ਅਜੇ ਤੱਕ ਖੜੀਆਂ, ਤੂੰ ਹੀ ਕਰਨ ਕਰਤਾਰਪੁਰ ਦੀਆਂ ਗਲੀਆਂ, ਰੇਠੇ ਹੇਠ ਸਿੱਧ ਬੈਠੇ ਪਾਮਦੇ ਨੇ ਜੱਲੀਆਂ, ਮਿੱਠੇ ਰੇਠਿਆਂ ਦਾ ਜ਼ਰਾ ਸਵਾਦ ਤਾਂ ਛਕਾਵਣਾ, ਨਾਨਕ ਪਿਆਰੇ ਗੁਰੂ ਸਾਡੇ ਆ ਜਾਵਣਾ। ਤੇਰੀਆਂ ਤਾਂ ਦੱਸਾਂ ਬਗਦਾਦ ਵਿੱਚ ਪੈਂਦੀਆਂ, ਇੱਥੇ ਵੱਸੇ ਬਾਬਾ ਕੰਧਾਂ ਮੱਕੇ ਦੀਆਂ ਕਹਿੰਦੀਆਂ, ਤੇਰੇ ਨੂਰ ਦੀਆਂ ਝਲਕਾਂ ਗੰਗਾ ਵਿੱਚ ਪੈਂਦੀਆਂ, ਲੁਕੀਆਂ ਲੁਕਾਈਆਂ ਕਰਾਮਾਤਾਂ ਨਹੀਂ ਰਹਿੰਦੀਆਂ, ਇਹ ਵੀ ਕਰਾਮਾਤ ਕਿਹੜਾ ਸਾਨੂੰ ਤਾਰ ਜਾਵਣਾ, ਨਾਨਕ ਪਿਆਰੇ ਗੁਰੂ ਸਾਡੇ ਆ ਜਾਵਣਾ। ਤੇਰੇ ਚੋਜ ਵੇਖ ਸਾਡੀ ਅੱਖੀਆਂ ਹੋਈਆਂ, ਤੇਰੇ ਜੋਗੀਆਂ ਨਾ ਰਹਿੰਦੀਆਂ ਨੇ ਰੱਖੀਆਂ, ਬਿਰਹੋਂ ਸਗਾਤਾਂ ਇਹਨੇ ਦਿੱਤੀਆਂ ਮੈਂ ਚੱਖੀਆਂ, ਮੋਹ ਲਿਆ ਮਨ ਤੇਰੀਆਂ ਨੂਰਾਨੀ ਅੱਖੀਆਂ, ਚਰਨ ਨੇ ਛੁਆ ਕੇ ਤਵੇ ਸੀਨੇ ਠੰਡ ਪਾਵਣਾ, ਨਾਨਕ ਪਿਆਰੇ ਗੁਰੂ ਸਾਡੇ ਆ ਜਾਵਣਾ, ਨਾਨਕ ਪਿਆਰੇ ਗੁਰੂ ਸਾਡੇ ਆ ਜਾਵਣਾ। ਤਿੰਨ ਚਾਰ ਮਿੰਟ ਦੀ ਸੁਣਾ ਦਿੰਦਾ। ਹੁੰਦੀ ਕੈਸੀ ਸੋਹਣੀ ਦੁਨੀਆਂ, ਦਿਲ ਖਿੱਚਵੀ ਮਨ ਮੋਹਣੀ ਦੁਨੀਆਂ, ਸਾਬਤ ਦਿਲ ਤੇ ਹੱਸਦੇ ਚਿਹਰੇ, ਕੋਈ ਨਾ ਇੱਥੇ ਦੇਖਦਾ ਰੋਂਦਾ, ਜੇਕਰ ਜੱਗ ਵਿੱਚ ਮਜ਼ਬ ਨਾ ਹੁੰਦਾ। ਬੰਦਿਆਂ ਵਿੱਚ ਨਾ ਪੈਂਦੀਆਂ ਵੰਡੀਆਂ, ਕਿਤੇ ਨਾ ਦੇਖਦੇ ਝਗੜੇ ਭੰਡੀਆਂ, ਸੰਖੋਂ ਖਿੱਚ ਕੇ ਵਾਂਗੂ ਚਿੜਕੇ, ਖੂਨ ਫਸਾਦ ਕਿਤੇ ਨਾ ਹੁੰਦਾ, ਜੇਕਰ ਜੱਗ ਵਿੱਚ ਮਜ਼ਬ ਨਾ ਹੁੰਦਾ। ਕੋਈ ਕਿਸੇ ਨੂੰ ਗੈਰ ਨਾ ਦੇਖਦਾ, ਭਾਈਆਂ ਦੇ ਵਿੱਚ ਵੈਰ ਨਾ ਦੇਖਦਾ, ਕੋਈ ਕਿਸੇ ਨੂੰ ਕਾਫਰ ਕਹਿ ਕੇ ਸੀਨੇ ਵਿੱਚ ਨਾ ਛੁਰੀ ਖਬੋਂਦਾ, ਜੇਕਰ ਜੱਗ ਵਿੱਚ ਮਜ਼ਬ ਨਾ ਹੁੰਦਾ। ਨਾ ਦਿਸਦੇ ਇਹ ਮਸਜਿਦ ਮੰਦਰ, ਦਿਲ 'ਚ ਘੀਂਦੇ ਜਿੰਨਾ ਅੰਦਰ, ਨਾ ਸਿਰ ਫੜਦੇ ਜਿਗਣ ਰੀਂਦੇ, ਨਾ ਕੋਈ ਰੱਤ ਕਿਸੇ ਦੀ ਚੋਂਦਾ, ਜੇਕਰ ਜੱਗ ਵਿੱਚ ਮਜ਼ਬ ਨਾ ਹੁੰਦਾ। ਸਭ ਦੁਨੀਆਂ 'ਤੇ ਬੰਦੇ ਵਸਦੇ, ਆਪਣਾ ਪ੍ਰੀਤ ਅਕੀਦਾ ਦੱਸਦੇ, ਨਾ ਬੋਧੀ ਨਾ ਸਿੱਖ ਇਸਾਈ, ਹਿੰਦੂ ਮੁਸਲਿਮ ਕੱਖ ਨਾ ਹੁੰਦਾ, ਜੇਕਰ ਜੱਗ ਵਿੱਚ ਮਜ਼ਬ ਨਾ ਹੁੰਦਾ। ਇੱਕ ਦੂਜੇ ਨੂੰ ਭਾਈ ਕਹਿੰਦਾ, ਮਿਲਖੁਸ਼ ਹੁੰਦਾ, ਫੁਰ ਫੁਰ ਬਹਿੰਦਾ, ਰੋਂਦੇ ਸਹਿਣ ਹਸਾ ਕੇ ਫੁੱਲਿਆ ਜਾਮੇ ਵਿੱਚ ਨਾ ਕੋਈ ਮਿਉਂਦਾ, ਜੇਕਰ ਜੱਗ ਵਿੱਚ ਮਜ਼ਹਬ ਨਾ ਹੁੰਦਾ। ਸਵਰਗਾਂ ਦਾ ਨਾ ਲਾਰਾ ਹੁੰਦਾ, ਇਹੋ ਦੇਸ਼ ਪਿਆਰਾ ਹੁੰਦਾ, ਇਸ ਨੂੰ ਸੁਰਗ ਬਣਾਵਣ ਖਾਤਰ ਹਰ ਕੋਈ ਲੱਕ ਬੰਨ ਖਲੋਂਦਾ, ਜੇਕਰ ਜੱਗ ਵਿੱਚ ਮਜ਼ਹਬ ਨਾ ਹੁੰਦਾ। ਹੂਰ ਦੀਆਂ ਨਾ ਹੋਂਦੀਆਂ ਆਸਾਂ,
ਘਰ ਵਿੱਚ ਵੱਜਦੀਆਂ ਪ੍ਰੇਮ ਪਿਆਸਾਂ, ਵਹੁਟੀ ਬੱਚੇ ਛੱਡ ਕਰ ਲਾਂਦੇ, ਜੰਗਲ ਜੰਗਲ ਕੋਈ ਨਾ ਭੌਂਦਾ, ਜੇਕਰ ਜੱਗ ਵਿੱਚ ਮਜ਼ਹਬ ਨਾ ਹੁੰਦਾ। ਨਾ ਪੰਡਿਤ ਨਾ ਹੁੰਦੇ ਕਾਜ਼ੀ, ਮੋਏ ਸ਼ਹੀਦ ਨਾ ਕਾਤਲ ਗਾਜ਼ੀ, ਅੱਗਾਂ ਖੂਨ ਫਸਾਦਾਂ ਭਰਿਆ, ਲਾਸ਼ਾਂ ਨਾਲ ਜਲੂਸ ਨਾ ਹੁੰਦਾ, ਜੇਕਰ ਜੱਗ ਵਿੱਚ ਮਜ਼ਹਬ ਨਾ ਹੁੰਦਾ। ਨਾ ਕੋਈ ਧਰਿਆਇਆ ਮਰਦਾ, ਨਾ ਕੋਈ ਦੁੱਖ ਦੁਨੀਆਂ ਵਿੱਚ ਜਰਦਾ, ਨਾ ਕੋਈ ਮਸੂਮਾਂ ਦੇ ਟੋਟੇ ਮਾਂ ਦੇ ਗਲ ਲਈ ਹਾਰ ਪਰੋਂਦਾ, ਜੇਕਰ ਜੱਗ ਵਿੱਚ ਮਜ਼ਹਬ ਨਾ ਹੁੰਦਾ। ਤੱਕੇ ਹਿੰਦੂ ਜ਼ਖਮੀ ਲੁਛਦਾ, ਮੁਸਲਮਾਨਾਂ ਦਾ ਬਾਤ ਨਹੀਂ ਪੁੱਛਦਾ, ਕਾਸ਼ ਉਹ ਪਾਣੀ ਦੀ ਥਾਂ ਉਸਦੇ ਹੋਠਾਂ ਵਿੱਚ ਆਪਣੀ ਰੱਤ ਚੋਂਦਾ, ਜੇ ਪਰ ਤਾਂ ਜੇ ਜੱਗ ਮਜ਼ਹਬ ਨਾ ਹੁੰਦਾ। ਦਿਲ ਖਿੜਦੇ ਤਾਂ ਮਜ਼ਹਬ ਚਿੜਦਾ, ਦਿਲ ਟੁੱਟਦੇ ਤਾਂ ਮਜ਼ਹਬ ਖਿੜਦਾ, ਅਮਨ ਪਿਆਰ ਨਿਆਂ ਦਾ ਵੈਰੀ ਖਿੜ ਖਿੜ ਹੱਸਦਾ, ਤੱਕ ਦਿਲ ਰੋਂਦਾ, ਕਾਹ ਜਗਤੇ ਮਜ਼ਹਬ ਨਾ ਹੁੰਦਾ। ਇਸਦੇ ਸਿਰਾਂ ਨੇ ਇਤਨੀਆਂ ਲਾਸ਼ਾਂ, ਢੇਰ ਕਰੋ ਜਾਂ ਸ਼ੋਏ ਕਾਸ਼ਾਂ, ਸ਼ੁਰੀ ਫਰਾਂ ਦੀ ਛਰਾ ਦੀ ਫੜ ਕੇ ਹੱਥੀ, ਵਾਂਗ ਕਸਾਈਆਂ ਫਿਰਦਾ ਏ ਕੋਂਦਾ, ਕਾਸ਼ ਜਗਤੇ ਮਜ਼ਹਬ ਨਾ ਹੁੰਦਾ। ਇੰਨੇ ਕਤਲ ਤੇ ਖੂਨ ਖਰਾਬੇ ਕਰਵਾਏ ਇਸ ਬੁੱਢੇ ਬਾਬੇ, ਤਿਲਕ ਮਰਾਬਾਂ ਦੱਸਦਾ ਖੂਨੀ, ਭੋਲੇ ਬੰਦੇ ਫਿਰਦਾ ਮੋਹਦਾ, ਕਾਸ਼ ਜਗਤੇ ਮਜ਼ਹਬ ਨਾ ਹੁੰਦਾ। ਇਸਦਾ ਕੋਈ ਹਮਾਇਤੀ ਜ਼ਾਮਨ, ਜ਼ਰਾ ਨਿਚੋੜੇ ਫੜ ਕੇ ਦਾਮਨ, ਹੰਝੂਆਂ ਦਾ ਦਰਿਆ ਇੱਕ ਤਕੜਾ, ਵਿੱਚੋਂ ਰਵਾਂ ਕਿਵੇਂ ਹੈ ਹੁੰਦਾ, ਕਾਸ਼ ਜਗਤੇ ਮਜ਼ਹਬ ਨਾ ਹੁੰਦਾ, ਕਾਸ਼ ਜਗਤੇ ਮਜ਼ਹਬ ਨਾ ਹੁੰਦਾ। ਥੈਂਕ ਯੂ। ਇਹ ਸਨ ਸਰਦਾਰ ਮਹਿੰਦਰ ਸਿੰਘ ਭੁੱਲਰ, ਜਿਹੜੇ ਸਰਦਾਰ ਵਰਿੰਦਰ ਸਿੰਘ ਭੁੱਲਰ ਕਮਿਊਨਿਟੀ ਦੇ ਐਕਟੀਵਿਸਟ ਵਾ, ਉਹਨਾਂ ਦੇ ਪਿਤਾ ਜੀ ਸਨ। ਇਹ ਟਾਈਮ ਟੂ ਟਾਈਮ ਮੈਂ ਕਾਫੀ ਚਿਰ ਤੋਂ ਇਹਨਾਂ ਨੂੰ ਮੀਡੀਆ ਸੁਣਦਾ, ਰੇਡੀਓ 'ਤੇ ਆਪਣਾ ਪ੍ਰੋਗਰਾਮ ਜਾਂ ਗੁਰੂ ਘਰਾਂ ਦੇ ਵਿੱਚ ਆਪਣਾ ਇਸ ਤਰ੍ਹਾਂ ਕਵਿਤਾ ਰਾਹੀਂ ਸਾਹਿਤ ਦੇ ਨਾਲ ਜੋੜਦੇ ਰਹਿੰਦੇ ਆ। ਅਤੇ ਹੁਣ ਮੈਂ ਬੇਨਤੀ ਕਰਾਂਗਾ ਪ੍ਰਧਾਨ OTA ਐਡਮਿੰਟਨ ਵਾਟਾ ਸਰਦਾਰ ਜਸਵੀਰ ਸਿੰਘ ਹੋਣਾ ਨੂੰ ਕਿ ਉਹ ਸਰਦਾਰ ਬਲਦੇਵ ਸਿੰਘ ਪਰਮਾਰ ਹੋਣਾ ਨੂੰ ਸਨਮਾਨਿਤ ਕਰਨ। ਅਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੇ ਇੱਕ ਗਰੁੱਪ ਫੋਟੋ ਜਿਹੜੀ ਟੀਚਰਾਂ ਸਾਰਿਆਂ ਨੇ ਆਪਾਂ ਕਰਾਉਣੀ ਆ। ਅਤੇ ਹੁਣ ਕਿੱਧਰ ਨੂੰ ਹੋ ਜਾ ਥੋੜ੍ਹੇ ਜਨ ਸ਼ਬਦਾਂ ਦਾ ਨਹੀਂ ਕੀਤੀ ਜਾ ਸਕਦੀ। ਸਰਦਾਰ ਬਲਦੇਵ ਸਿੰਘ ਪਰਮਾਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡਾ ਇਹ ਨਿੱਕਾ ਜਿਹਾ ਸੱਦਾ ਪ੍ਰਵਾਨ ਕੀਤਾ। ਆਪ ਨੂੰ ਸਰਦਾਰ ਪਰਮਾਰ ਬਲਦੇਵ ਸਿੰਘ ਪਰਮਾਰ ਹੋਣੀ ਕੁਝ ਆਪਣਾ ਵਿਚਾਰ ਸਾਂਝੇ ਕਰਨਗੇ। ਪੂਰਾ ਗਾਰਡਨ ਤਿਆਰ ਕਰਦੇ ਨੇ ਹਰ ਸਮਰ, ਮੇਰੇ ਨਾਲ ਜ਼ਿਆਦਾ ਦੌੜ ਵੀ ਲੈਂਦੇ ਆ। President Sahib, Sikh Society and President Sahib, and teachers, overseas teachers, associated with President Sahib,
ਤੇ ਹੋਰ ਸਾਰੇ ਮੇਰੇ ਐਸੋਸੀਏਟਸ, ਮੈਂ ਤੁਹਾਡਾ ਬਹੁਤ ਵੈਲਕਮ ਕਰਦਾ। ਤੁਸੀਂ ਮੈਨੂੰ ਬਹੁਤ ਵੱਡੀ ਆਨਰ ਦਿੱਤੀ ਆ। ਮੈਂ ਤਾਂ ਅੱਜ ਤੋਂ ਕਈ ਸਾਲ ਪਹਿਲਾਂ ਸੁਣਿਆ ਸੀ, ਸਾਰੇ ਕਹਿੰਦੇ ਬਲਦੇਵ ਸਿੰਘ ਇੱਦਾਂ ਇੱਦਾਂ ਕੀਤਾ ਇੱਦਾਂ ਕੀਤਾ। ਮੇਰੀ ਮਦਰ ਨੇ ਇੱਕ ਗੱਲ ਕਹੀ ਸੀ, ਸਾਡੇ ਪਿੰਡ ਦਾ ਲੰਬੜਦਾਰ ਮਰ ਗਿਆ ਅਤੇ ਮੈਂ ਪੁੱਛ ਬੈਠਿਆ ਉਹਦੇ ਬਾਅਦ ਕੌਣ, ਕਹਿੰਦੇ ਉਹਦਾ ਪੁੱਤ। ਮੈਂ ਕਹਿ ਗਿਆ, ਮੈਂ ਕਿਹਾ ਉਹ ਚ ਮਰ ਜਾਵੇ, ਕਹਿੰਦੇ ਕਾਕਾ ਤੇਰੀ ਵਾਰੀ ਨਹੀਂ ਆਉਣੀ, ਸਾਰਾ ਪਿੰਡ ਹੈਰਾਨ ਹੋ ਗਿਆ। ਸਾਰੇ ਸਹੀ ਕਹਿੰਦੇ ਨੀ ਗੱਲ ਤਾਂ, ਕਹਿੰਦੇ ਮਦਰ ਤਾਂ ਮੇਰੀ ਏਦਾਂ ਕਿਹਾ, ਮੇਰੀ ਮਦਰ ਨੇ ਮੈਨੂੰ ਏਦਾਂ ਦੱਸਿਆ ਸੀ ਤੇਰੀ ਵਾਰੀ ਨਹੀਂ ਆਉਣੀ, ਮੈਨੂੰ ਫਿਕਰ ਕਰਨ ਦੀ ਲੋੜ ਨਹੀਂ। ਮੈਂ ਉਹਦੇ ਬਾਅਦ ਫਿਕਰ ਕੀਤਾ ਹੀ ਨਹੀਂ ਜ਼ਿੰਦਗੀ, ਫਿਕਰ ਕਰਨਾ ਕਿੱਧਰ ਫਿਕਰ ਤਾਂ ਆਹ ਤਾਂ ਫਾਰਮੂਲਾ ਸੌਖਾ ਹੋ ਗਿਆ। ਸਾਰੇ ਕਹਿੰਦੇ ਮੈਂ ਫਿਕਰ ਰਿਹਾ ਨਿਆਣੇ ਕਰਦੇ ਏਦਾਂ ਕਰਨੀ, ਫਿਕਰ ਕਰਦਾ ਜੇ ਤੁਸੀਂ ਗੁਰਦੁਆਰੇ ਜਾਂਦੇ ਹੋ ਉਹ ਇਹੋ ਨੋਟ ਕਹਿੰਦੇ ਆ, ਰੱਬ ਦਿੰਦਾ ਤੁਸੀਂ ਫਿਕਰ ਕਾਹਦਾ ਕਰਦੇ ਹੋ, ਰੋਟੀ ਤੁਹਾਨੂੰ ਨਹੀਂ ਮਿਲੀ ਨਾ ਸਹੀ, ਫਿਕਰ ਤਾਂ ਉਹਨੂੰ ਹੀ ਆ ਦੱਸਦੇ ਨੂੰ। ਜਿਸ ਵੇਲੇ ਆਦਮੀ ਆਦਮੀ ਜ਼ਿੰਦਗੀ ਸ਼ੁਰੂ ਕਰਦਾ ਆ, ਤੁਸੀਂ ਛੋਟੇ ਸਕੂਲਾਂ ਜਾਂਦੇ ਹੋ ਉੱਥੇ, ਇੱਥੇ ਵੀ ਇਹੋ ਹਾਲ ਹੈ। ਫਿਰ ਤੁਸੀਂ ਜੂਨੀਅਰ ਸਕੂਲਾਂ ਜਾਂਦੇ ਹੋ, ਇੱਥੇ ਵੀ ਇਹੋ ਹਾਲ ਹੈ। ਫਿਰ ਹਾਈ ਸਕੂਲਾਂ ਜਾਂਦੇ ਹੋ, ਉੱਥੇ ਸੈਕੰਡਰੀ ਸਕੂਲ ਹਾਈ ਸਕੂਲ ਕਹਿੰਦੇ ਇਹਨਾਂ ਨੂੰ, ਇੱਥੇ ਜਾਂਦੇ ਆ। ਫਿਰ ਯੂਨੀਵਰਸਿਟੀ ਵੀ ਜਾਂਦੇ ਹੋ, ਸਾਰੇ ਨਿਆਣਿਆਂ ਨੂੰ ਕੋਸ਼ਿਸ਼ ਕਰਦੇ ਹੋ, ਕਈ ਮਾਮਾ ਗੰਨੇ ਮਾਰ ਮਾਰ ਕੇ ਤੁਹਾਡੇ ਪਿੰਡ ਦੇ ਤੋੜਦੇ, ਉਹਨਾਂ ਚੋਂ ਮੈਂ ਇੱਕ ਆ। ਸਕੂਲ ਨਹੀਂ ਜਾਣਾ, ਤੀਸਰੀ ਜਗ੍ਹਾ ਇਹੋ ਲੁਕ ਜਾਣਾ, ਬੱਚਿਆਂ ਝਾੜਨੀਆਂ, ਦਾਦੀਆਂ ਆਉਣੀਆਂ ਸੀ ਪੜਦਾਦੀਆਂ ਨੂੰ, ਉਹਨੀ ਲੁਕੋ ਲੈਣਾ, ਇੱਥੇ ਤਾਂ ਉਹ ਮਤਲਬ ਮਾਰ ਮਾਰ ਸਕੂਲ ਪਤਾ ਕਰਕੇ ਛਿੱਤਰ ਛਿੱਤਰ ਫੇਰਨਾ ਚੰਗਾ, ਇੰਨਾ ਕਰ ਉਹਨਾਂ ਦੀ ਬਰਕਤ ਦੇ ਨਾਲ ਹੀ ਜੋ ਕਿ ਜ਼ਿੰਦਗੀ ਹੱਸ ਗਈ ਤਾਂ ਉਹਨਾਂ ਦੀ ਬਰਕਤ ਦੇ ਨਾਲ ਹੀ ਕੀਤਾ ਨਾ, ਅਤੇ ਆਪਣੇ ਆਪ ਨੇ ਕੁਛ ਕੀਤਾ। ਪਹਿਲਾਂ ਸਕੂਲ ਗਏ ਦਸਵੀਂ ਤਾਈਂ, ਦਸਵੀਂ ਦੇ ਪਹਿਲਾਂ ਰੈਗੂਲਰ ਮਿਡਲ ਸਕੂਲ ਹੁੰਦੇ ਸੀ, ਉੱਥੇ ਐਜੂਕੇਸ਼ਨ ਲਈ ਅੱਠਵੀਂ ਤੱਕ, ਫਿਰ ਜੂਨੀਅਰ ਸੀਨੀਅਰ ਕੀਤੀ, ਫਿਰ ਉਹਦੇ ਬਾਅਦ ਦਸਵੀਂ ਕੀਤੀ, ਫਿਰ ਬੀ ਐੱਸ ਸੀ ਉੱਥੇ ਕੀਤੀ, ਐੱਫ ਐੱਸ ਸੀ ਕੀਤੀ, ਬੀ ਐੱਸ ਸੀ ਕੀਤੀ, ਐੱਮ ਏ ਕੀਤੀ, ਅਤੇ ਇੱਥੇ ਆ ਕੇ ਮੈਂ ਬੀ ਐੱਡ ਕੀਤੀ। ਐੱਮ ਐੱਡ ਦੇ ਕੋਰਸ ਕੁਝ ਕੋਰਸ ਵਰਕ ਕਰ ਲਿਆ, ਲੇਕਿਨ ਫੀਸ ਨਹੀਂ ਲਿਖਿਆ, ਪੜ੍ਹਦੇ ਰਹੇ। ਫਿਰ ਟਾਈਮ ਆਇਆ, ਮੇਰੇ ਭਾਈ ਛੋਟੇ ਭਾਈ ਸਾਹਿਬ ਇੱਥੇ ਸਰ ਗਿਆਨ ਸਿੰਘ ਪੋਹਾਰ, ਉਹ ਪੋਹਾਰ ਇਸੇ ਪਰਮਾਰ ਕਰਦੇ ਸੀ, ਆਪਣੇ ਨਾਮ ਸੇ ਮੈਂ ਪਰਮਾਰ ਕਰਦਾ, ਸਾਡਾ ਮਾਂ ਭੇਖ ਉਹ ਜੇ ਇੱਥੇ ਮੈਂ ਛੋਟੇ ਭਾਅ ਬੈਠੇ, ਉਹ ਪੋਹਾਰ ਦੇ ਨਾਮ 'ਤੇ ਜਾਣੇ ਜਾਂਦੇ, ਮੈਂ ਪਰਿਵਾਰ ਜਿੱਦਾਂ ਕਿਸੇ ਨੇ ਕਹਿਤਾ ਉੱਦਾਂ ਹੀ ਲਿਖਤਾ। ਉਹ ਦਸਵੀਂ ਦੇ ਫਾਰਮਾਂ 'ਚ ਪੜ੍ਹਦੇ ਸੀ, ਲੋਕ ਆਪਣੇ ਗੋਦ ਪੜ੍ਹਦੇ, ਮੈਂ ਸਾਡਾ ਕੀ ਆ ਕੀ ਆ ਪੋਹਾਰ ਸੁਪੈਰੇ ਨਾਮ ਕਿੱਦਾਂ ਲਿਖਣਾ, ਦਸਵੀਂ ਪੜ੍ਹਦਾ ਨਹੀਂ ਸੁਪੈਰੇ ਕਿੱਦਾਂ ਲਿਖਣਾ, ਇਹ ਕਿੱਦਾਂ ਬੋਲਦੇ ਆ, ਮੈਂ ਇਹ ਲਿਖਤਾ, ਇਹਨਾਂ ਪੋਹਾਰ ਲਿਖਿਆ ਜਿੱਦਾਂ ਪਿੰਡ ਦੇ ਬੋਲਦੇ ਸੀ। ਅਤੇ ਉਹਦੇ ਬਾਅਦ ਇਹ ਇੱਥੇ ਆ ਗਿਆ 1953 ਦੇ ਵਿੱਚ, ਅਤੇ ਮੈਨੂੰ ਇਹ 1960 ਵਿੱਚ ਸਪੋਂਸਰ ਕੀਤਾ, ਮੈਂ 20 ਜਨਵਰੀ 1960 ਨੂੰ ਇੱਥੇ ਆ ਕੇ ਉੱਤਰਿਆ ਅਰਵਾਲਟਾ ਦੇ ਵਿੱਚ। ਇੱਥੇ ਆ ਕੇ ਮੈਂ ਆਪਣੇ ਛੋਟੇ ਭਾਈ ਸਾਹਿਬ ਕੋਲ ਰਿਹਾ, ਉੱਥੇ ਵੈਨਕੂਵਰ ਲੰਬਰਗਲ ਦੇ ਵਿੱਚ ਸੋਰਮੈਂਸ ਉੱਥੇ ਲੱਗੇ ਹੋਏ, ਅਤੇ ਫਿਰ ਜਗ੍ਹਾ ਮੈਂ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਯੂਨੀਵਰਸਿਟੀ ਉੱਥੇ ਗਿਆ ਕਿ ਮੈਂ ਵੈਨਕੂਵਰ ਦੇ ਵਿੱਚ, ਅਤੇ ਉਹਨੇ ਮੈਨੂੰ ਭੇਜਿਆ ਕੋਲ 2-3 ਮਹੀਨੇ ਤੁਹਾਡੀਆਂ, ਫਿਰ ਤੁਸੀਂ ਕਨੇਡੀਅਨ ਅਜ ਨਹੀਂ ਬਣੇ, ਤੁਸੀਂ ਤੁਹਾਨੂੰ ਉੱਥੇ ਜਾਇਆ ਕਰੋ। ਮੈਂ ਜਾਂਦਾ ਰਿਹਾ ਹਫ਼ਤੇ 3 ਵਾਰੀ 2 ਵਾਰੀ। ਉਹ ਮੈਨੂੰ ਕਹਿੰਦੀ ਸੂਰਤ ਦੇ ਸੂਰਤ ਤੋਂ ਜਿਹੜੀ ਸੁਪਰਡੈਂਟ ਸੀ ਉੱਥੇ, ਉਹ ਕਹਿੰਦੀ ਮੈਂ ਨਾ ਯੂ ਗੋਇੰਗ ਟੂ ਕਨੇਡੀਅਨ ਆਈਸ, ਮੈਂ ਕਿਹਾ ਵਾਟ ਆਰ ਯੂ ਗੋਇੰਗ ਟੂ ਕਨੇਡੀਅਨ ਆਈਸ, ਮੈਂ ਕਨੇਡੀਅਨ ਆਈਸ, ਆਈ ਬੇਟ ਆਈ ਆਈ ਬੇਕੋ ਆਮ ਕਨੇਡੀਅਨ ਆਈਸ, ਕਹਿੰਦੀ ਓਕੇ ਆਫਟਰ 1 ਵੀਕ ਅਗੇਨ ਮੈਂ ਨਾ ਯੂ ਗੋਇੰਗ ਟੂ ਕਨੇਡੀਅਨ ਆਈਸ, ਆਈ ਸੈਡ ਵਾਟ ਯੂ ਮੀਨ, ਹੀ ਸੈਡ ਪੀਪਲ
you want to teach here? I said, yes. They will call the Santa Claus. They won't accept you. She said, you can go for months and months, attend the university course, whatever you want to, but it is people, they will not accept you in the classroom that way, unless you are recognized. Then I start applying in Alberta and other provinces, Ontario, Saskatchewan, Manitoba. I sent up, I got the application, cycle style in Alberta, and sent applications. They say, you are happy. Mr. Singh, you are, Mr. Pramod, you are open. I'm applying at a long time. We start school in September to January. Of February. You apply in September. Then then it was April. I was waiting there. I was going every day to the university there, attending. And they were recommending me for other provinces, but not for British Columbia. Then all of a sudden, one night, evening, we were sitting. My brother was living in a rooming house. 7-8 gentlemen from India were living there together. And then he called in from Camp Wainwright in Alberta. They said, we want to speak to Mr. Pramod. My brother took the phone, he wanted to talk to them. I still remember he talked to them, and they said, we want to hire you as vice principal. We are firing our vice principal lady, and we have a want to hire you. Can you? It was, I think, April 28th. They say you reach the join on May 1st. Then pressure came on me, on those people in there. You are going there, they are not accepting you there. Better get Canadianized. They took me to barber shop. Somebody said, they were seeing Mr. Pramod's picture without the hair there. Yeah. They took me there. But I became a clinician. Then they put me on the plane from Vancouver to Edmonton. I came to Edmonton in the morning, about 11 o'clock. There was a train going every day to Wainwright. Wainwright is 128 miles from here. The train was going from here at 1:30 or somewhere along that time there. So I went to railway station. I got the taxi, went to railway station. So I waited for a taxi. I didn't see any Indian. And I went there with no Indian. I was surprised, I saw him alone. And then I boarded the train, went to Wainwright. I was received by two gentlemen, Mr. Jaeger, Lieutenant Darby, what they call postmaster there. And Mr. Greg Lash, he was the principal. They received me at the railway station. Mr. Jaeger, he said, oh no, we expected a gentleman, we worked with the Indian soldiers in Egypt. We expected a gentleman, we hired the sixth gentleman, just with the hair. And you are clean shaven, we didn't hire a clean shaven, we hired a we thought you are a gentleman that's here, not that one clean shaven. So they took me to the officer's mess, they put me down with the officer's mess. They gave me, this is a place where you want to stay. So I worked there year and quarter. Then I thought, 2 months is different. I was sleeping in my bedroom, got a call from somebody, and I had to go. They said, you can't come with a sleeping suit. You have to dress up, then come to this one.
so much discipline. I still remember it was very cheap. I was paying $58 for boarding and lodging all in the army. And all facilities available, pool tables and all that kind of stuff playing there. And my discipline was very strong. So year and a half, I joined on May 1st and taught another year. Till end of June. I went to high school near Cochrane, near Calvary Cochrane Place. That is 18 miles from there, the city of Calvary. I was head of science department in the high school. I taught there 2 years, went to High Praise School Division as principal. I taught there in one school 5 years, the junior high school principal. Then I went to senior high school in Caruso, grade 1 to 12. I stayed there 4 years. Then I moved to Athabasca. I was principal at Rochester. My family were living here in the city. I used to come every week. I took 2 children with me. My wife had two children that were with her. I had 2, and she had 3. We were 5 very having family, you know. It's raised to very high, very costly to have 1 child. I had 5 to raise. So I was paying for 2 places, paying here in the city for the house, and Rochester, 2 paying there, 2 houses maintaining. So I carried on. Then I got a chance to move to Rocky Blue School region, that's in Calvary, rural area now, surrounding area. I stayed there almost 17 years. Then I was invited there to buy a bicycle. I was principal there supervising principal of 3 schools. Bicycle, Acme, and there is a 3 schools. So I was supervising all 3 of them. Their students are coming to my school there, getting the course, certain courses. So I stayed there in the pavilion for 17 and a half years. I retired. I was traveling all the time. I had 11 accidents. 11 accidents. My cars were taken off. I was in one piece all the time. I didn't got any problem, no fractures. I had 3 trucks, 2 trucks. In the same way, it happened to them. They were, one time I got a deer. It got caught in my hood, broke open, and his horn got caught. It was there, left there. So it problems and problems and problems. It is not easy work. All the time going, moving, coming. So back to Edmonton, going on Monday morning, coming back on Friday, every Friday. For 17 years I carried on, every week. Because there was a reason. My wife was staying in Edmonton. My son, Sundar Parmar, he was a first Indian, got into dentistry in the University of Alberta. He was the first student ever taken. And he worked in Edmund community for 25 years. Then he retired from dentistry and working as a businessman like others. So it was not easy. So when I graduated from university in India, then I had
done. Then I, when I retired, then I got education. I got my BSc. That was a very high, high degree. Then I thought I should get a job. You know, getting a job was not easy. With the education that I got, it helped me two ways. I had to look at my personal goals and professional goals. I reshaped them. What should I do? I had a wife, I was married, and I had a daughter. What should I do? They need money. I got the job in district board high school, Ehrana-Kalam in Hoshiarpur district. My pay was very good, $100 a month. At that time I was not meeting, no teacher training, but just BSc. They got me $100. Then working for one year there, I joined teachers training college in Jalandhar. I did my BT 1952. Then I look, now I can prove my personal goals. I should get more money. So I applied all where some people came from Kalra High School, Jalandhar district. The master came, he said, "We want you in our school as science master." And I said, "How much money would you pay?" He said, $160. I said, "I want $170. He said, "You can't. My second master is getting $165. We can't give you more than $160. So negotiations broke down. Then I went to Anglo High School, Sadora, in Ambala district. They owe me ₹175 a month. I went there instead of the school near my village. I went there, took my family and son and daughter. I had one child at that time. So we moved there 2 years. Then I moved to Khalsa High School in Ambala City. They offered me ₹185. Then I stayed there 3 years. I was selected for government service. I went there for an interview. They posted me at what they call it, the town there, Hamirpur. Then from Hamirpur onward, after I stayed overnight, I got ordered to move to Tarmsala High School. I went there. From there, my brother applied me. He came in 1953 to Canada. See, so it was first batch when they opened. It was for 780 people that time they came. It was from Canada, they approved it. My brother had a lot of influential. He was secretary in the Gurdwara too. And so he got my older brother and myself, two applications approved out of those ones. So we came to Canada. Now, here in Canada, I worked different school system. I retired in 1992, June 30th. From there I'm still alive. I'm enjoying my life. And I started a public service. I became marriage commissioner. First I made notary public. I have been doing the work for the last 20 years in notary public. I have 2 years to go yet. The government has given the permission to work till 1920, December 30th, 31st,
1921, I was still work there. And I became marriage commissioner still here. I worked for 13 years then. My age became 92, maybe. They say I'm different, better retired now. So I'm retired. Boy, they were very good work. People will come to me. They said, we need your signatures. Don't do your final rest of it. How much money you want? I said, what are you talking about? He said, we will bring you lots and lots of cases. You say your money, we will give you that one. I said, I do free get out of my property. CMP. And same way, somebody will call from Lethbridge. You come here, the Bourbon Indian jail, and we will pay you there. He was living with a white lady here, and they moved to there, and they were called. She had so sold her house, they called them at the border with money. They say, we want to bring you here. Whatever the money you want, I said, get lost. I don't do that kind of work. I do free, but no, that kind of. And same way in notary public, people will, this is a wrong statement, just put your sign on, that's it. We will, everything is okay. Just, no. Money is not. I work there sincerely, and I carry on work for the people. But because that kind of help, lots cases, different kind of cases. They say money is attraction. Definitely it is an attraction. But I can't drive to the new area to become marriage commissioner. I pay them for gas, I give them $5, I'm a shared $5 to him. Every manager, I give them $5, then I raise to $10 to pay for them gas. So it happens. So lots of problems people have. They come, they want to just marry, don't live together, they don't send the application to department. You don't have to, you create the money. I said no. So ladies and gentlemen, ups and downs in life, good things, bad things, it is up to God. But I did what I didn't do, but maybe I overstepped. I told someone I won't do it strictly, get out my property. Maybe there are sins, I shouldn't have done that way, but I did it. These people here in the community were so helpful to me, so helpful always. I have done nothing. It is God's will. Yeah. Whatever is there, I'm healthy. After 11 accidents, I'm healthy. I can still walking, I'm there walking. So I don't have any problem, no problem. My children are well set in life. They are all working hard. They are never been on but welfare. I have never been on welfare. So we are happy. We are having a very good life. That's what I teach my children. Others are too. I said, don't give up. You are in a new country. Just work hard. I work 3 jobs every week. I was working in a cycle station. I was working in a bakery, cleaning it. I was working as the principal. Over the weekend, I worked at other jobs. My wife did it too because I have 5 children. To support them, Calgary University, here, Edmonton University, sending them wherever they want to go. They need the money. I worked very hard. Thank you, ladies and gentlemen. I'm pleased. I thank you all. You heard me before. Oh, thank you. थैंक यू मावर साहब जिन्होंने अपनी जिंदगी की असलियत जी आप सामने रखी आ कि किनिया हार्डशिप उन्होंने जिंदगी सहनिया पईया
ਤੇ ਦਾਦਾ ਇਸ ਮੁਕਾਮ ਤੇ ਪਹੁੰਚੇ ਆ ਤੇ ਭੈਣ ਜੀ ਬਹਿ ਜਾਓ ਸਰ ਚਾਹ ਪਾਣੀ ਤਿਆਰ ਹੈ ਚਾਹ ਪਾਣੀ ਪੀ ਕੇ ਜਾਣਾ ਓਨਲੀ ਪੰਜ ਕੁ ਮਿੰਟ ਦਾ ਹੋਣਾ ਪ੍ਰੋਗਰਾਮ ਹੁਣ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਸਾਰਿਆਂ ਦਾ ਧੰਨਵਾਦ ਕਰਨ ਇਹਦੇ ਨਾਲ ਹੀ ਆਪ ਨੂੰ ਦੱਸ ਦਿੱਤਾ ਜਾਂਦਾ ਕਿ ਸਰਦਾਰ ਕੁਲਵੀਰ ਸਿੰਘ ਸੰਧੂ ਜਿਹੜੇ ਸਾਡੇ ਤੋਂ ਅਸਲ ਵਿਛੜ ਗਏ ਸੀ ਉਹਨਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਕੱਲ੍ਹ ਦੇ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰੰਭ ਕਰਾਏ ਗਏ ਆ ਜਿਨ੍ਹਾਂ ਦੇ ਭੋਗ ਕੱਲ੍ਹ ਨੂੰ ਸਵੇਰੇ 9 ਵਜੇ ਪੈਣੇ ਆ ਸੋ ਸਮੂਹ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਠੀਕ ਸਮੇਂ ਸਿਰ ਪਹੁੰਚ ਕੇ ਉਹਨਾਂ ਦੇ ਅਖੰਡ ਪਾਠਾਂ ਦੇ ਵਿੱਚ ਸ਼ਮੂਲੀਅਤ ਕਰਨੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਤੇ ਇਹ ਪਰਿਵਾਰ ਵੱਲੋਂ ਜਿਹੜਾ ਸੁਨੇਹਾ ਤੁਹਾਨੂੰ ਪਹੁੰਚਾਇਆ ਜਾਂਦਾ ਅਤੇ ਹੁਣ ਮੈਂ ਬੇਨਤੀ ਕਰੂੰਗਾ ਗਿਆਨ ਸਾਹਿਬ ਨੂੰ ਕਿ ਉਹ ਸਾਰਿਆਂ ਦਾ ਧੰਨਵਾਦ ਕਰਨ ਅਤੇ ਉਸ ਤੋਂ ਬਾਅਦ ਚਾਹ ਪਾਣੀ ਤਿਆਰ ਆ ਸਾਰਿਆਂ ਨੇ ਚਾਹ ਪਾਣੀ ਛੱਕ ਕੇ ਜਾਣਾ ਥੈਂਕ ਯੂ ਅਤੇ ਉਸ ਤੋਂ ਬਾਅਦ ਇੱਕ ਗਰੁੱਪ ਫੋਟੋ ਪਰਿਵਾਰ ਸਾਹਿਬ ਨਾਲ ਹੋਊਗੀ ਸਾਰੇ ਜਣੇ ਦੀ ਅਤੇ ਬਾਅਦ 'ਚ ਇੱਥੇ ਇਹਨਾਂ ਨੂੰ ਚੇਅਰ 'ਤੇ ਬਿਠਾ ਕੇ ਆਪਾਂ ਗਰੁੱਪ ਫੋਟੋ ਕਰਾਂਗੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਗੁਰਦੇਵ ਸਿੰਘ ਸਰਵਾਲ ਜੀ ਓਵਰਸੀਜ਼ ਟੀਚਰ ਐਸੋਸੀਏਸ਼ਨ ਅੱਜ ਮਾਣ ਮਹਿਸੂਸ ਕਰਦੀ ਹੈ ਸਲਿਊਟ ਕਰਦੇ ਹਾਂ 42 ਸਾਲ ਦੀ ਐਜੂਕੇਸ਼ਨ ਸਰਵਿਸ ਜਿਹੜੀ ਤੁਸੀਂ ਦਿੱਤੀ ਇੰਡੀਅਨ ਸੁਸਾਇਟੀ ਨੂੰ ਕਨੇਡੀਅਨ ਸੁਸਾਇਟੀ ਨੂੰ ਔਰ ਜੋ ਤੁਸੀਂ ਸੈਲਫਲੈਸ ਸਰਵਿਸ ਕੀਤੀ ਹੈ ਓਵਰਸੀਜ਼ ਟੀਚਰ ਐਸੋਸੀਏਸ਼ਨ ਦੇ ਤੁਸੀਂ ਪਹਿਲੇ ਸ਼ਖਸ ਹੋ ਜਿਨ੍ਹਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਅਸੀਂ ਹਮੇਸ਼ਾ ਯਾਦ ਰੱਖਾਂਗੇ ਜਦੋਂ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਇਹ ਸੋਚਿਆ ਕਿ ਕਿਸ ਇਨਸਾਨ ਨੂੰ ਅਸੀਂ ਸਨਮਾਨਿਤ ਕਰੀਏ ਕਈ ਨਾਂ ਸਾਡੇ ਅੱਗੇ ਆਏ ਬੜੇ ਬੜੇ ਵੱਡੀ ਸ਼ਖਸੀਅਤਾਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਸ ਤੋਂ ਪਹਿਲਾਂ ਅਸੀਂ ਇਹ ਅਸੂਲ ਬਣਾ ਤਾ ਕਿ ਅਸੀਂ ਆਪਣੀ ਔਰਗਨਾਈਜੇਸ਼ਨ ਦਾ ਕੋਈ ਵੀ ਅਧਿਆਪਕ ਆ ਉਹਨੂੰ ਹੀ ਸਨਮਾਨਿਤ ਨਹੀਂ ਕਰਾਂਗੇ ਸੋ ਕਈ ਨਾਵਾਂ 'ਤੇ ਕਾਫੀ ਬਹਿਸ ਹੋਈ ਸਾਡੇ ਵਿੱਚ ਕਾਫੀ ਬਹਿਸ ਹੋਈ ਔਰ ਫਿਰ ਇਹਨਾਂ ਦੇ ਨਾਂ 'ਤੇ ਸਾਰਿਆਂ ਦੀ ਸਰਵਸੰਮਤੀ ਹੋਈ ਔਰ ਕਾਫੀ ਚਿਰ ਅਸੀਂ ਇਹਨਾਂ ਨੂੰ ਕੋਂਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਹੋ ਸਕਿਆ ਫਿਰ ਸਾਡੇ ਸੁਰਜੀਤ ਕੌਰ ਹੋਣਾ ਨੂੰ ਕਿਸੇ ਤਰੀਕੇ ਨਾਲ ਪਤਾ ਲੱਗਾ ਮੈਂ ਅਤੇ ਰਿਸਾਲ ਸਿੰਘ ਮੱਲੀ ਜੀ ਇਹਨਾਂ ਦੇ ਘਰ ਗਏ ਜਦੋਂ ਇਹਨਾਂ ਨੂੰ ਮਿਲੇ ਸਾਨੂੰ ਵਾਕਈ ਦਿਲੋਂ ਜਿਹੜੀ ਦਿਲੋਂ ਖੁਸ਼ੀ ਹੁੰਦੀ ਹੈ ਕਿ ਐਸਾ ਵੀ ਇਨਸਾਨ ਇਸ ਦੁਨੀਆਂ 'ਤੇ ਆ ਜਿਹਨੇ ਇੰਨਾ ਸਾਲ ਐਜੂਕੇਸ਼ਨ ਫੀਲਡ ਦੇ ਵਿੱਚ ਵੱਖੋ ਵੱਖਰੇ ਅਹੁਦਿਆਂ 'ਤੇ ਕੰਮ ਕੀਤਾ ਐਜ਼ ਅ ਟੀਚਰ ਐਜ਼ ਅ ਵਾਈਸ ਪ੍ਰਿੰਸੀਪਲ ਐਜ਼ ਅ ਪ੍ਰਿੰਸੀਪਲ ਜਦੋਂ ਤੁਸੀਂ ਇੰਡੀਆ ਤੋਂ ਕੈਨੇਡਾ ਆਉਂਦੇ ਹੋ ਤੁਸੀਂ ਜੇ ਟੀਚਿੰਗ ਨੂੰ ਪਰਸਿਊ ਕਰਨਾ ਚਾਹੁੰਦੇ ਹੋ ਟੀਚਰ ਬਣਨਾ ਚਾਹੁੰਦੇ ਹੋ ਪਹਿਲਾਂ ਤਾਂ ਤੁਸੀਂ ਆਪ ਹੀ ਡੀਮੋਰਲਾਈਜ਼ ਹੋ ਤੁਹਾਡਾ ਰੰਗ ਤੁਹਾਡੀ ਪੱਗ ਤੁਹਾਡੀ ਜ਼ੁਬਾਨ ਤੁਹਾਡਾ ਐਕਸੈਂਟ ਤੁਹਾਨੂੰ ਰੋਕਦਾ ਹੈ ਕਿ ਮੈਂ ਕਿਵੇਂ ਪੜ੍ਹਾਊਂਗਾ ਇੱਥੇ ਰਾਈਟ ਕਿਉਂਕਿ ਐਜ਼ ਅ ਮੈਨੂੰ ਵੀ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਕਿਉਂਕਿ 1960 ਦੇ ਵਿੱਚ ਕਿਹੋ ਜਿਹੀਆਂ ਪ੍ਰੋਬਲਮਾਂ ਹੋਣਗੀਆਂ ਕਿਉਂਕਿ ਉਦੋਂ ਸਾਡੀ ਗਿਣਤੀ ਵੀ ਬਹੁਤ ਘੱਟ ਸੀ ਪਰ ਇਹਨਾਂ ਉਹਨਾਂ ਸਾਰੀਆਂ ਮੁਸ਼ਕਿਲਾਂ ਤੋਂ ਓਵਰਕਮ ਕਰਦੇ ਹੋਏ ਇਹਨਾਂ ਟੀਚਿੰਗ ਨੂੰ ਅਪਣਾਇਆ ਹੀ ਨਹੀਂ ਉਹ ਰਿਮੋਟ ਏਰੀਆ ਦੇ ਵਿੱਚ ਪੜ੍ਹਾਇਆ ਜਿੱਥੇ ਕੋਈ ਇੰਡੀਅਨ ਜਾਂ ਕੋਈ ਸਿੱਖ ਕਮਿਊਨਿਟੀ ਨਹੀਂ ਸੀ ਹੈਗੀ ਸੋ ਓਵਰਸੀਜ਼ ਟੀਚਰ ਐਸੋਸੀਏਸ਼ਨ ਤੁਹਾਨੂੰ ਸਲਿਊਟ ਕਰਦੀ ਹੈ ਮੈਂ ਥੋੜ੍ਹਾ ਜਿਹਾ ਪਹਿਲਾਂ ਜਦੋਂ ਇੰਨੇ ਸਾਰੇ ਪਰਿਵਾਰ ਆਇਆ ਮੈਂ ਇਹਨਾਂ ਦੀ ਡਾਟਰ ਲਾ ਉਹਨਾਂ ਨਾਲ ਗੱਲ ਕਰ ਰਿਹਾ ਸੀ ਮੈਂ ਭੈਣ ਜੀ ਤੁਹਾਨੂੰ ਕਿਤੇ ਦੇਖਿਆ ਮੈਂ ਤੁਸੀਂ ਰੀਅਲ ਸਟੇਜ 'ਤੇ ਨਹੀਂ ਕੰਮ ਕਰਦੇ ਰਹੇ ਕਹਿੰਦੇ ਹਾਂ ਮੈਂ ਤੁਹਾਡੀ ਬੇਟੀ ਮੇਰੇ ਕੋਲ ਪੜ੍ਹਦੀ ਰਹੀ ਥੋੜ੍ਹਾ ਜਿਹਾ ਫਿਜ਼ਿਕਸ ਦੀ ਟਿਊਸ਼ਨ ਮੈਂ ਇਹਨਾਂ ਨੂੰ ਪੜ੍ਹਾਈ ਸੀ ਸੋ ਮੈਨੂੰ ਵੀ ਬੜਾ ਮਾਣ ਹੈ ਕਿ ਮੈਂ ਤੁਹਾਡੀ ਗ੍ਰੈਂਡ ਡਾਟਰ ਨੂੰ ਥੋੜ੍ਹਾ ਜਿਹਾ ਪੜ੍ਹਾਇਆ ਥੈਂਕ ਯੂ ਵੈਰੀ ਮੱਚ ਮੈਂ ਧੰਨਵਾਦ ਕਰਾਂਗਾ ਸਾਰੇ ਹੀ ਮੈਂਬਰਾਂ ਦਾ ਜਿਹੜੇ ਅੱਜ ਇੱਥੇ ਆਏ ਨੇ ਔਰ ਖਾਸ ਕਰਕੇ ਮੈਂ ਮੀਡੀਆ ਦਾ ਧੰਨਵਾਦ ਕਰਨਾ ਚਾਹੂੰਗਾ ਕੁਲਮੀਤ ਸਿੰਘ ਸੰਘਾ ਜੀ ਬੜੇ ਪੁਰਾਣੇ ਸਾਡੇ ਰੇਡੀਓ ਹੋਸਟ ਟੀਵੀ ਹੋਸਟ ਅਖਬਾਰਾਂ ਦੇ ਵਿੱਚ ਉਹ ਕੰਮ ਕਰਦੇ ਰਹੇ ਨੇ ਅੱਜ ਲੰਮੇ ਸਮੇਂ ਤੋਂ ਸਾਡੇ ਵਿੱਚ ਬੈਠੇ ਨੇ ਔਰ ਉਹਨਾਂ ਦੇ ਰੇਡੀਓ ਅਤੇ ਟੀਵੀ ਸ਼ੋਅ 'ਤੇ ਤੁਸੀਂ ਅੱਜ ਦੇ ਪ੍ਰੋਗਰਾਮ ਬਾਰੇ ਸੁਣੋਗੇ ਮਨਜੀਤ ਸਿੰਘ ਜੀ ਜਿਹੜੇ ਨੈਸ਼ਨਲ ਪੰਜਾਬੀ ਦੇ ਵਿੱਚ ਕੰਮ ਕਰਦੇ ਨੇ ਉਹ ਵੀ ਸਾਡੇ ਵਿੱਚ ਸਾਡੇ ਮੈਂਬਰ ਵੀ ਨੇ ਔਰ ਅਖਬਾਰ ਦੇ ਵਿੱਚ ਉਹ ਸਾਡੀ ਜਿਹੜੀ ਕਵਰੇਜ ਕਰਨ ਵਾਸਤੇ ਆਏ ਨੇ ਹਰਵੀਰ ਸਿੰਘ ਖਹਿਰਾ ਜੀ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੇ ਡੈਡੀ ਵੀ ਜਿਹੜੇ ਸੀ ਉਹ ਵੀ ਬਹੁਤ ਲੰਮੇ ਸਮੇਂ ਤੋਂ ਇਹਨਾਂ ਵੀਡੀਓ ਬਣਾ ਕੇ ਫ੍ਰੀ ਸਰਵਿਸ ਕੀਤੀ ਹੈ ਅਸੀਂ ਇਹਨਾਂ ਦੇ ਵੀ ਬੜੇ ਧੰਨਵਾਦੀ ਹਾਂ ਇੱਕ ਛੋਟੀ ਜੀ ਸਾਡੇ ਵੱਲੋਂ ਪੇਸ਼ਕਸ਼ ਹੈ ਬਲਦੇਵ ਸਿੰਘ ਪਰਮਾਰ ਜੀ ਨੂੰ ਕਿ ਤੁਸੀਂ ਸਾਡੇ ਆਨਰੇਰੀ ਮੈਂਬਰ ਬਣੋ
और सानू भी गाइड करो, गाए बगाए हर मीटिंग च शायद तुहाडे कोल ना आया जा सके। हर शनि सॉरी हर महीने के पहले शनिवार 3 बजे तो लैके साडी मीटिंग होंदी है 3 to 4 or 5 भी बज जाते हैं डिपेंडिंग ऑन द टॉपिक गुरुद्वारा सिंह सभा के। एक बार फिर सारिया का तह दिलों धन्यवाद। और मैं ग्रुप फोटो पहला करा फिर उस तो बाद चाह पानी मेरी हाजिर है तो चाह पानी जरूर पी के मैं थैंक यू वेरी मच। सारे हाजरीन का बहुत बहुत धन्यवाद किया जाता। तो हम ग्रुप फोटो होगी उस तो बाद चाह पानी तैयार है सारे ने छक के जाना। धन्यवाद।